ਬਹੁਤ ਹੀ ਅਦਬ ਸਤਿ ਆਪ ਜੀ ਸਰਵਣ ਕਰ ਰਹੇ ਪੰਗਾੜੀ ਦੇ ਜੰਗ ਦੌਰਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੂਰਮੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜਾਨਾਂ ਹੂਲ ਕੇ ਲੜ ਰਹੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਭੂਆ ਦੇ ਪੁੱਤਰ ਪਾਬਾ ਭਾਈ ਸਾਹਿਬ ਭਾਈ ਜੀਤ ਮੱਲ ਜੀ ਅ ਰਾਜੇ ਹਰੀ ਚੰਦ ਹੰਡੂਰੀਏ ਨਾਲ ਲੜਦਿਆਂ ਉਹਨੂੰ ਜ਼ਖਮੀ ਤੇ ਮੂਰਛਿਤ ਕਰਕੇ ਆਪ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ ਔਰ ਇਸ ਪ੍ਰਕਾਰ ਨਾਲ ਬਹੁਤ ਸਾਰੇ ਸੂਰਮੇ ਜਿੱਥੇ ਬੈਰੀ ਦਲ ਦੇ ਅਨੇਕਾਂ ਸੂਰਮਿਆਂ ਨੂੰ ਮਾਰ ਰਹੇ ਨੇ ਵੈਰੀ ਦਲ ਦੇ ਅਨੇਕਾਂ ਸੂਰਮਿਆਂ ਨੂੰ ਮਾਰ ਕੇ ਮਿੱਟੀ 'ਚ ਗਰਕ ਕੀਤਾ ਹੈ ਉੱਥੇ ਸਤਗੁਰਾਂ ਦੇ ਵੀ ਅਨੇਕਾਂ ਸੂਰਮੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਨੇ ਆਓ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਭਾਈ ਸੰਗੋਸ਼ਾ ਔਰ ਨਜਾਬਤ ਖਾਨ ਦਾ ਜੰਗ ਹੋਣ ਲੱਗਾ ਹੈ ਉਧਰ ਕਲਗੀਧਰ ਪਾਤਸ਼ਾਹ ਜੀ ਨੇ ਵੇਖਿਆ ਕਿ ਫਤਿਹ ਸ਼ਾ ਆਪਣੀ ਫੌਜ ਸਮੇਤ ਖੜਾ ਹਰੀ ਚੰਦ ਨੂੰ ਵੇਖ ਰਿਹਾ ਜੋ ਬੇਹੋਸ਼ੀ ਦੀ ਹਾਲਤ ਵਿੱਚ ਹੈ ਭਾਈ ਰਾਮ ਸਿੰਘ ਨੂੰ ਹੁਕਮ ਕੀਤਾ ਕਿ ਉੱਥੇ ਤੋਪ ਦਾ ਗੋਲਾ ਮਾਰੋ ਜਦੋਂ ਤੋਪ ਦਾ ਗੋਲਾ ਡਾਗਿਆ ਤੇ ਫਤਿਹ ਸ਼ਾਹ ਤੇ ਉਹਦੇ ਨਾਲ ਦੇ ਜਿਹੜੇ ਸਨ ਉਹ ਦੌੜੇ ਅੱਗੇ ਲੱਗ ਕੇ ਵੀ ਕਿਤੇ ਗੋਲਾ ਦੁਬਾਰਾ ਨਾ ਆ ਜਾਏ। ਜੋ ਦੌੜਿਆ ਤੇਜ਼ੀ ਦੇ ਨਾਲ ਇਹ ਇਹ ਦੇ ਦੌੜਨ ਤੋਂ ਪਹਿਲਾਂ ਹੀ ਇਹਦੇ ਨਾਲ ਦੇ ਕਈ ਸੂਰਮੇ ਦੇ ਤੋਂ ਪਹਿਲਾਂ ਅੱਗੇ ਜਾ ਪਹੁੰਚੇ। ਪਿੱਛੋਂ ਰਾਜਾ ਚੰਦੇਲੀਆ ਆਵਾਜ਼ਾਂ ਮਾਰਦਾ ਫਤਿਹ ਸ਼ਾਹ ਜੀ ਰੁਕ ਜਾਓ। ਕਿਉ ਆਪਣੀ ਕੁੱਲ ਨੂੰ ਕਲੰਕ ਲਾਉਂਦੇ ਹੋ। ਤੋ ਜਿਸ ਪ੍ਰਕਾਰ ਨਾਲ ਫਤਿਹ ਸ਼ਾਹ ਨੂੰ ਇਹਨਾਂ ਨੇ ਮੋੜਿਆ ਔਰ ਰਾਜਾ ਹਰੀ ਚੰਦ ਹੋਸ਼ ਵਿੱਚ ਆ ਕੇ ਕਲਗੀ ਧਰ ਜੀ ਨਾਲ ਲੜ ਰਿਹਾ ਹੈ ਭਾਈ ਸੰਗੋਸ਼ਾ ਜੀ ਨਜਾਬਤ ਖਾਨ ਨਾਲ ਲੜ ਰਹੇ ਨੇ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦਾ ਪਾਵਨ ਇਤਿਹਾਸ ਸਰਵਣ ਕਰੀਏ ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਜਿੱਥੇ ਆਪਣੇ ਸਰੀਰਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਉਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਫਤੇਸ਼ਾ ਭਜਿਓ ਪਿਖਿਓ ਹਰੀ ਚੰਦ ਚੰਦੇਲ ਜਦੋਂ ਰਾਜਾ ਫਤੇਸ਼ਾ ਪਿੱਛੇ ਨੂੰ ਭਜਿਆ ਇਹਨੂੰ ਪਛਾਣ ਨੂੰ ਭਜਦੇ ਜਾਂਦੇ ਨੂੰ ਰਾਜੇ ਹਰੀ ਚੰਦ ਨੇ ਚੰਦੇਲੀਏ ਨੇ ਵੇਖਿਆ ਚਕਰਿਤ ਚਿੱਤ ਚੋਂ ਪਿਓ ਚਪਿਓ ਗਏ ਹੱਥ ਮੈਂ ਸੀਲ ਚਕਰਤ ਹੋ ਕੇ ਚਿਤ ਵਿੱਚ ਚੌਂਪ ਰੱਖ ਕੇ ਆਪਣੇ ਮਨ 'ਚ ਖਿਜ ਧਾਰਨ ਕਰਕੇ ਉਸ ਵਕਤ ਇਹਨਾਂ ਨੇ ਆਪਣੇ ਹੱਥਾਂ ਵਿੱਚ ਬਰਛੀਆਂ ਧਾਰਨ ਕੀਤੀਆਂ ਹਨ ਰਸਾਵਲ ਛੰਦ ਦਇਆਰਾਮ ਬੀਰੰ ਨੰਦ ਚੰਦ ਤੀਰੰ ਮਹਾਰਾਜ ਕਲਗੀਧਰ ਜੀ ਦੇ ਸੂਰਮੇ ਭਾਈ ਦਇਆਰਾਮ ਜੀ ਖਾਲਸਾ ਜੀ ਇਹ ਗੁਰੂਕੋਲ ਪੁਰੋਇਤ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਪਿਤਾ ਭਾਈ ਜਾਤੀ ਮਲਕ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹੇ ਨੇ ਔਰ ਉਹਨਾਂ ਨੇ ਰਣ ਭੂਮੀ ਦੇ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਭਾਈ ਜਾਤੀ ਮਲਕ ਦੇ ਸੁਪੁੱਤਰ ਨੇ ਭਾਈ ਦਇਆ RAM ਜੀ ਤੇ ਦੂਜੇ ਪਾਸੇ ਦੀਵਾਨ ਆਨੰਦ ਚੰਦ ਜੀ ਕੁੱਪਿਓ ਗੰਗ ਰਾਮ ਗੁਲਾਬੰਸੋ ਨਾਮੰ ਔਰ ਭਾਈ ਸਾਹਿਬ ਭਾਈ ਗੰਗਾ ਰਾਮ ਜੀ ਔਰ ਭਾਈ ਸਾਹਿਬ ਭਾਈ ਗੁਲਾਬ ਚੰਦ ਜੀ ਮਰਿਓ ਜੀਤ ਮੱਲੰ ਪਿਖਿਓ ਧੂਮ ਥਲੰ ਜਦੋਂ ਇਹਨਾਂ ਨੇ ਵੇਖਿਆ ਕਿ ਸਾਡਾ ਸੂਰਮਾ ਭਾਈ ਗੁਲਾਬ ਚੰਦ ਜੀ ਹੋਣਾ ਨੇ ਵੇਖਿਆ ਕਿ ਸਾਡਾ ਭਰਾ ਭਾਈ ਜੀਤ ਮੱਲ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਔਰ ਉਹਦੀ ਕਾਇਆ ਉਹਦਾ ਸਰੀਰ ਰਣ ਭੂਮੀ ਦੇ ਵਿੱਚ ਹੈ ਸਬੇ ਕੋ ਪਤਾਏ ਪਹਾੜੀ ਭਲਾਏ ਜੀਤ ਪਮਲ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਸੂਰਮੇ ਇੱਕ ਵਾਰੀ ਵੀਰ ਰਸ ਦੇ ਰੰਗ ਦੇ ਵਿੱਚ ਰੰਗੇ ਗਏ ਬڑے ਗੁੱਸੇ ਵਿੱਚ ਆ ਕੇ ਵੀਰ ਰਸ ਵਿੱਚ ਆ ਕੇ ਇਹਨਾਂ ਨੇ ਪਹਾੜੀਆਂ ਤੇ ਹਮਲਾ ਕੀਤਾ ਔਰ ਇਹ ਪਹਾੜੀਏ ਅੱਗੇ ਲੱਗ ਕੇ ਦੌੜ ਪਏ ਸਧੀਰੰਚੰਦੇ ਲੰਗ ਤਾਰੇ ਹੱਥ ਸੇ ਲੰਗ ਰਾਜਾ ਚੰਦੇਲੀਆ ਜਿਹੜਾ ਸੀ ਜਿਹਦਾ ਨਾਮ ਮਧੁਕਰ ਸ਼ਾਹ ਹੈ ਚੰਦੇਲ ਪਤੀ ਇਹਨੂੰ ਕਹਿੰਦੇ ਨੇ ਏ ਹੌਸਲਾ ਕਰਕੇ ਧੀਰਜ ਰੱਖ ਕੇ ਹੱਥ ਵਿੱਚ ਬਰਛੀ ਪਕੜ ਕੇ ਲੜਦਾ ਰਿਹਾ ਅਰੇ ਉਹ ਅਗਰ ਆਈ ਕੋ ਲੰਗ ਲਾਜ ਪਾਈ ਆਪਣੇ ਕੁੱਲ ਦੀ ਲਾਜ ਨੂੰ ਜਾਣਦਿਆਂ ਹੋਇਆ ਇਹ ਅੱਗੇ ਆ ਕੇ ਲੜਿਆ ਅੱਗੇ ਆ ਕੇ ਨੇ ਅੱਗਾ ਰੋਕਿਆ ਸਿੰਘਾਂ ਦਾ ਸਤਗੁਰਾਂ ਦੇ ਸੂਰਬਿਆਂ ਦਾ ਹਤਿਓ ਏਕ ਦ્વੈ ਕਹਿ ਰਿਹਾ ਠੰਡ ਵਹਿ ਕੇ ਜਦੋਂ ਇੱਕ ਦੂਆ ਨੂੰ ਮਾਰਿਆ ਉਸ ਵੇਲੇ ਆਪਣੇ ਪੈਰ ਅੜਾ ਕੇ ਖਲੋਤਾ ਰਿਹਾ ਨਿਕਾਰੀ ਕਿਰਪਾਨਾਂ ਚਾਹੇ ਸ਼ਤਰੂ ਹਾਨਾ ਉਸ ਵੇਲੇ ਨੇ ਆਪਣੀ ਕਿਰਪਾਨ ਧੂ ਲਈ ਹੈ ਔਰ ਮਾਰਨਾ ਚਾਹੁੰਦਾ ਹੈਦਰ ਸਤਗੁਰਾਂ ਦੇ ਸੂਰਮਿਆਂ ਵੀ ਕਿਰਪਾਨਾਂ ਧੂ ਲਈਆਂ ਹਨ ਤੂ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਧੋਈਆਂ ਉਸ ਵੇਲੇ ਤਿੱਖੀਆਂ ਤਲਵਾਰਾਂ ਆਪਣੇ ਮਿਆਨਾਂ 'ਚ ਧੂਕੇ ਸੂਰਮੇ ਅੱਗੇ ਵੈਰੀ ਨੂੰ ਮਾਰਨ ਲਈ ਵਧੇ ਹਨ ਦਇਆਰਾਮ ਆਦੰਗ ਟੋਕੇ ਬੋਲ ਬਾਦੰਗ ਭਾਈ ਦਇਆਰਾਮ ਜੀ ਆਦਕ ਜਿੰਨੇ ਸਿੱਖ ਨੇ ਯੋਧੇ ਨੇ ਮੁਖ ਤੋਂ ਮਾਰ ਲਓ ਮਾਰ ਲਓ ਮਾਰ ਲਓ ਦੀ ਆਵਾਜ਼ ਸੁਣਾਈ ਦਿੰਦਿਆਂ ਹੋਇਆਂ ਆਕਾਲ ਆਕਾਲ ਸਤਿ ਸ੍ਰੀ ਅਕਾਲ ਇਹ ਕਹਿੰਦੇ ਅੱਗੇ ਢੁਕਦੇ ਨੇ ਅੱਗੇ ਵੱਧਦੇ ਹਨ ਕਰੇ ਖੱਗ ਕਾਤਾ ਕਟਿਓ ਸ਼ਤਰੂ ਗਾਤਾ ਆਪਣੀ ਤਲਵਾਰ ਦੇ ਵਾਰ ਕਰਕੇ ਤਲਵਾਰ ਦਾ ਘਾਤ ਕਰਕੇ ਅਨੇਕਾਂ ਸ਼ਤਰੂਆਂ ਨੂੰ ਕੱਟ-ਕੱਟ ਕੇ ਰਣ ਭੂਮੀ ਦੇ ਵਿੱਚ ਸੁੱਟਿਆ ਉਹਨਾਂ ਦੇ ਸਰੀਰ ਕੱਟਣੇ ਸ਼ੁਰੂ ਕੀਤੇ ਹਨ ਚਿਤੰ ਸਵਾਮ ਤਾਮ ਗਿਰਿਓ ਜੰਗ ਤਾਮ ਅਨੇਕਾਂ ਸੂਰਮੇ ਆਪਣੇ ਸਵਾਮੀ ਦਾ ਕਾਰਜ ਜਾਣਦਿਆਂ ਹੋਇਆਂ ਲੜਦਿਆਂ ਰਣ ਭੂਮੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਡਿੱਗ ਰਹੇ ਹਨ। ਲਖਿਓ ਧਰਮ ਬੀਰੰਗਤਾ ਜੀ ਹੈ ਨਾ ਤੀਰੰਗ ਇਹਦਰ ਯੋਧਿਆਂ ਨੇ ਸਤਗੁਰਾਂ ਦੇ ਸੂਰਬਿਆਂ ਨੇ ਵੇਖਿਆ ਕਿ ਲੜਾਈ ਸਾਡੀ ਕਿਸੇ ਜ਼ਮੀਨ ਖਾਤਰ ਨਹੀਂ ਹੈ। ਇਹ ਲੜਾਈ ਜਰਜੋਰੂ ਜ਼ਮੀਨ ਵਾਸਤੇ ਨਹੀਂ ਹੈ। ਇਹ ਲੜਾਈ ਧਰਮ ਦੀ ਰਣ ਭੂਮੀ ਦੇ ਵਿੱਚ ਧਰਮ ਯੰਗ ਹੈ, ਧਰਮ ਯੁੱਧ ਹੈ ਔਰ ਧਰਮ ਦਾ ਯੁੱਧ ਜਾਣਦਿਆਂ ਹੋਇਆਂ ਕਿ ਵੀਰ ਯੋਧੇ ਦਾ ਜਿਹੜਾ ਧਰਮ ਹੁੰਦਾ ਛਤਰੀ ਪੁਣੇ ਦਾ ਉਹਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਸੂਰਮਿਆਂ ਨੇ ਧੀਰਜ ਨਹੀਂ ਛੱਡਿਆ ਔਰ ਬਹਾਦਰੀ ਨਾਲ ਅੱਗੇ ਵੱਧ ਕੇ ਲੜ ਰਹੇ ਨੇ। ਗਾਇਓ ਟੂਕ ਟੂਕੰ ਪਾਰੀ ਕੂਕ ਕੂਕੰ ਕਹਿੰਦਾ ਟੁਕੜੇ ਟੁਕੜੇ ਹੋ ਕਰਕੇ ਰਣ ਭੂਮੀ ਦੇ ਵਿੱਚ ਸੂਰਮੇ ਡਿੱਗ ਰਹੇ ਨੇ। ਕੂਕ ਪੁਕਾਰ ਦੂਰ ਤੱਕ ਸੁਣਾਈ ਦੇ ਰਹੀ ਹੈ। ਗਾਇਓ ਪਾਜ ਰਾਜਾ ਤਜਿਓ ਜੰਗ ਕਾਜ ਅਰੇ ਲੀਆ ਵੀ ਪੈਰ ਹਲਾ ਕੇ ਅੱਗੇ ਲੱਗ ਕੇ ਭੱਜ ਪਿਆ ਉਹਨੇ ਵੀ ਜੰਗ ਲੜਨਾ ਇੱਕ ਵਰਕਾਰ ਨਾਲ ਛੱਡ ਦਿੱਤਾ ਉਹਦੇ ਅੰਦਰ ਹੌਸਲਾ ਨਹੀਂ ਪਿਆ ਅੱਗੇ ਖਲੋ ਕੇ ਅੜੰਦਾ ਰਿਸਖਾਨ ਜ਼ਾਦੇ ਬਜੇਦੀ ਬਾਜੇ ਇੱਧਰ ਜਿਹੜੇ ਖਾਨਜ਼ਾਦੇ ਪਠਾਨ ਸਨ ਮਹਾਰਾਜ ਜੀ ਤੋਂ ਬਾਗੀ ਹੋ ਕੇ ਇਹਨਾਂ ਦੇ ਨਾਲ ਰਲ ਕੇ ਲੜ ਰਹੇ ਸਨ ਸਤਗੁਰਾਂ ਦੇ ਖਿਲਾਫ ਉਹ ਖਾਨ ਜਾਦੇ ਇੱਕ ਵਾਰੀ ਗੁੱਸੇ ਵਿੱਚ ਆਏ ਉਹਨਾਂ ਆਪਣੇ ਨਗਾਰਿਆਂ ਤੇ ਦੁਬਾਰਾ ਫੇਰ ਚੋਬਾਂ ਮਰਵਾਈਆਂ ਫਿਰੇ ਫੇਰ ਸਾਰੇ ਕਰੇ ਮਾਰ ਮਾਰੇ ਇੱਕ ਵਾਰੀ ਫੇਰ ਇਹ ਦੌੜ ਗਏ ਸਨ ਪਹਿਲਾਂ ਦੁਬਾਰਾ ਫੇਰ ਇਹਨਾ ਆਪਣੇ ਮੂੰਹ ਫੇਰੇ ਨੇ ਧੀਰਜ ਰੱਖ ਕੇ ਜੰਗ ਦੇ ਮੈਦਾਨ ਚ ਮਾਰੋ ਮਾਰ ਕਰਦੇ ਆ ਵਧੇ ਹਨ ਨੇ ਜਾਬੰ ਪਠਾਨਾ ਸੰਗੋਸ਼ਾ ਜਵਾਨਾ ਇਹਦਾ ਇੱਕ ਵੱਡਾ ਜਰਨੈਲ ਹੈ ਨਜਾਬਤ ਖਾਨ ਭਾਈ ਸਾਹਿਬ ਭਾਈ ਸੰਗੋਸ਼ਾ ਜਵਾਨ ਦੇ ਨਾਲ ਲੜਨ ਵਾਸਤੇ ਆਇਆ ਹੈ ਹਾਰੇ ਆਪ ਮਾਈ ਹਾਟੇ ਪੈਰ ਨਾਜਾਬਤ ਖਾਨ ਤੇ ਭਾਈ ਸੰਗੋਸ਼ਾ ਦਾ ਭੇੜ ਮਚਿਆ ਇਹਨਾਂ ਦੋਨਾਂ ਦਾ ਆਹਮੋ ਸਾਹਮਣੇ ਜੰਗ ਹੋਣ ਲੱਗਾ ਸਭ ਬੀਚ ਜੋ ਹੋਤੇ ਮੈਲ ਦੋ ਕਿਉਂਕਿ ਸੰਗੋਸ਼ਾ ਤੇ ਨਜਾਬਤ ਖਾਨ ਦੀ ਜਾਣਕਾਰੀ ਸੀ ਆਪਸ ਵਿੱਚ ਜਾਣਕਾਰੀ ਕਿਵੇਂ ਸੀ ਨਜਾਬਤ ਖਾਨ ਪੌਂਟਾ ਸਾਹਿਬ ਮਹਾਰਾਜ ਜੀ ਦੇ ਕੋਲ ਰਹਿੰਦਾ ਸੀ ਉੱਥੇ ਭਾਈ ਸੰਗੋਸ਼ਾ ਜੀ ਅਕਸਰ ਸਭਾ ਦੇ ਵਿੱਚ ਬੈਠਿਆ ਇਹਦੇ ਨਾਲ ਮਿਲਿਆ ਕਰਦੇ ਸਨ ਇਹਦੇ ਨਾਲ ਜੰਗ ਯੁੱਧ ਦੀਆਂ ਗੱਲਾਂ ਪੁਰੰਗ ਬੀਚੀ ਨਾਰੀ ਗੁਰੂ ਤੀਰਵਾਰੀ ਸਾਧਗੁਰਾਂ ਦੇ ਕੋਲ ਇਹਨਾਂ ਦੋਨਾਂ ਦੀ ਜਾਣਕਾਰੀ ਸੀ ਇੱਕ ਦੂਜੇ ਨਾਲ ਭਾਈ ਸੰਗੋਸ਼ਾ ਬਾਰੇ ਨਜਾਬਤ ਖਾਨ ਜਾਣਦਾ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਭੂਆ ਦਾ ਪੁੱਤ ਹੈ ਔਰ ਭਾਈ ਸਾਹਿਬ ਭਾਈ ਸ਼ਾਹ ਜੀ ਜਾਣਤ ਖਾਨ ਪਠਾਣਾ ਦਾ ਵੱਡਾ ਜਰਨੈਲ ਹੈ ਦੋਹਰਾ ਕੌਂਟਾ ਸਾਹਿਬ ਤੇ ਆਪਸ ਵਿੱਚ ਮਿਲ ਕੇ ਜੰਗ ਯੁੱਧ ਦੀਆਂ ਗੱਲਾਂ ਕਰਿਆ ਕਰਦੇ ਸਨ ਸੂਰਮਤਾਈ ਦੀਆਂ ਬਾਤਾਂ ਕਰਿਆ ਕਰਦੇ ਸਨ ਮਾਨਤ ਪਟ ਵੱਡ ਆਪਕੋ ਦੋਨੋ ਸਹਿਜ ਸੁਭਾਈ ਨਜਾਬਤ ਖਾਨ ਕਹਿੰਦਾ ਸੀ ਮੈਂ ਬੜਾ ਵੱਡਾ ਸੂਰਮਾ ਯੋਧਾ ਹਾਂ ਤੇ ਭਾਈ ਸੰਗੋਸ਼ਾ ਜੀ ਕਹਿੰਦੇ ਸੀ ਘੱਟ ਮੈਂ ਵੀ ਨਹੀਂ ਹਾਂ ਜਦੋਂ ਪੌਂਟਾ ਸਾਹਿਬ ਰਹਿੰਦੇ ਸੀ ਨਾ ਉਦੋਂ ਹੀ ਨਾ ਕਹਿੰਦਾ ਸੀ ਮੈਂ ਸੂਰਮਾ ਹਾਂ ਭਾਈ ਸੰਗੋਸ਼ਾ ਜੀ ਕਹਿੰਦੇ ਤਾਂ ਜੰਗ ਦੇ ਮੈਦਾਨ ਦਾ ਮਾਹੌਲ ਦੱਸੇਗਾ ਕਿ ਕੌਣ ਸੂਰਮਾ ਹੈ ਪ੍ਰਸਾਵਲ ਚੰਦ ਪਈ ਯਾਦ ਸੋ ਪੀਰੇ ਬੀਰ ਦੋ ਉਹ ਪੁਰਾਣੀਆਂ ਗੱਲਾਂ ਇਹਨਾਂ ਦੇ ਚੇਤੇ ਵਿੱਚ ਆਈਆਂ ਨੇ ਇਹਨਾਂ ਦੀ ਸਿਮਰਤੀ ਵਿੱਚ ਆਈਆਂ ਨੇ ਦੋਵੇਂ ਸੂਰਮੇ ਆਪਸ ਵਿੱਚ ਭਿੜੇ ਹਨ ਕਰੇ ਸ਼ੀਗਰਤਾਈ ਪਰਿਓ 네ਰ ਆਈ ਬੜੇ ਸ਼ੀਗਰਤਾਈ ਨਾਲ ਪਹਿਲਾਂ ਤਾਂ ਤੀਰਾਂ ਨਾਲ ਲੜਦੇ ਰਹੇ ਮੁੜ ਕੇ ਆਨ ਨੇੜੇ ਆ ਗਏ ਨੇੜੇ ਢੁੱਕ ਗਏ ਕਿਰਪਾਨੇ ਨਿਕਾਰੀ ਪਇਓ ਭੇਰ ਪਾਰੀ ਆਪਣੀਆਂ ਸਦਾ ਦੀਆਂ ਸਾਥਣਾ ਤਲਵਾਰਾਂ ਮਿਆਨਾਂ ਦੇ ਵਿੱਚੋਂ ਧੂ ਲਈਆਂ ਹਨ ਤਾਰੀ ਟਾਲ ਆਗੇ ਤਕੇ ਦਾਵ ਲਾਗੇ ਧਾਲਾ ਅਗੇ ਕਰ ਲਈਆਂ ਨਜਾਬਤ ਖਾਨ ਤੇ ਭਾਈ ਸਾਹਿਬ ਭਾਈ ਸੰਗੋਸ਼ਾ ਜੀ ਤਨ ਮਾਤਾ ਵੀਰੋ ਦੀ ਬੀਬੀ ਵੀਰੋ ਦੀ ਕੋਖ ਦੇ ਸੁਲੱਖਣੇ ਤਾਰੇ ਭਾਈ ਸਾਹਿਬ ਭਾਈ ਸੰਗੋਸ਼ਾ ਦੇ ਇੱਕ ਹੱਥ ਵਿੱਚ ਢਾਲ ਤੇ ਦੂਜੇ ਹੱਥ ਵਿੱਚ ਤਲਵਾਰ ਹੈ ਢਾਲ ਮੂਹਰੇ ਕਰਕੇ ਦਾਤੱਖਦੇ ਹਨ ਉਭਾਰੇ ਚਲਾਵੇਂ ਸਰੀਰੰ ਬਚਾਵੇਂ ਤਲਵਾਰਾਂ ਦੇ 바ਰ ਕੱਢਦੇ ਨੇ ਉਭਾਰ ਕੇ ਚਲਾਉਂਦੇ ਨੇ ਆਪੋ ਆਪਣੇ ਸਰੀਰਾਂ ਨੂੰ ਬਚਾਉਂਦੇ ਹਨ। ਖਰੰਖਗ ਤਾਰੇ ਸੋ ਉੱਚੇ ਉਸਾਰੈ। ਬੜੀ ਤਿੱਖੀ ਧਾਰਾ ਲੱਗੀ ਹੋਈ ਹੈ ਕਹਿੰਦੇ ਤਲਵਾਰਾਂ ਦੇ ਉੱਤੇ। ਨਜਾਪਤ ਖਾਨ ਦੀ ਤਲਵਾਰ ਵੀ ਬੜੀ ਸੁੰਦਰ ਤਿੱਖੀ ਧਾਰ ਵਾਲੀ ਹੈ। ਭਾਈ ਸਾਹਿਬ ਭਾਈ ਸੰਗੋਸ਼ਾ ਜੀ ਦੀ ਤਲਵਾਰ ਵੀ ਬੜੀ ਨਿਰਮਲ ਧਾਰ ਵਾਲੀ ਹੈ। ਉੱਚੀ ਉੱਚੀ ਉਸਾਰਦੇ ਹਨ। ਲਗੇ ਕਾਵ ਅੰਗਾ ਪਾਏ ਲਾਲ ਰੰਗਾ। ਦੋਵੇਂ ਸੂਰਮੇ ਆਪਸ ਵਿੱਚ ਤਲਵਾਰ ਢਾਲ ਲੈ ਕੇ ਜਦੋਂ ਵਾਰ ਕੱਢਦੇ ਨੇ ਤੇ ਇੱਕ ਦੂਜੇ ਨੂੰ ਜ਼ਖਮੀ ਵੀ ਕਰ ਦਿੱਤਾ ਸੰਗੋਸ਼ਾ ਨੇ ਨਜਾਬਤ ਖਾਨ ਦੇ ਸਰੀਰ ਤੇ ਵਾਰ ਕੱਢ ਕੇ ਮਾਰਿਆ ਪਰ ਮਰਿਆ ਨਹੀਂ ਜ਼ਖਮੀ ਹੋਇਆ ਫਾਟੀ ਲੱਗਾ ਨਜਾਬਤ ਖਾਨ ਨੇ ਭਾਈ ਸੰਗੋਸ਼ਾ ਦੇ ਤਨ ਦੇ ਉੱਤੇ ਫੱਟ ਲਾਇਆ ਸਰੀਰ ਦੇ ਵਿੱਚੋਂ ਲਹੂ ਦੀਆਂ ਤਧੀਰੀਆਂ ਵਗਣ ਲੱਗ ਪਈਆਂ ਕਪੜੇ ਲਹੂ ਦੇ ਨਾਲ ਨੁੱਚੜਨ ਲੱਗੇ ਬਾਇਓ ਸ਼ਰੋਣ ਜਾਈ ਤਾ ਜੇ ਪੈ ਨਾ ਥਾਈ ਸਰੀਰ ਦੇ ਉੱਤੇ ਕਈ ਘਾਵ ਲੱਗੇ ਕਈ ਜ਼ਖਮ ਲੱਗੇ ਸੰਗੋ ਸ਼ਾਹ ਜੀ ਦੇ ਵੀ ਔਰ ਨਜਾਬਤ ਖਾਨ ਦੇ ਵੀ ਕਹਿੰਦੇ ਫੇਰ ਵੀ ਜੰਗ ਦੇ ਮੈਦਾਨ ਨੂੰ ਨਹੀਂ ਛੱਡਦੇ ਸਰੀਰ ਦੇ ਵਿੱਚੋਂ ਲਹੂ ਦੀਆਂ ਤਤਿਹਰੀਆਂ ਨੁੱਚੜ ਨੁੱਚੜ ਜ਼ਮੀਨ ਤੇ ਡਿਗ ਰੀਆਂ ਹਨ ਮਨੋਂ ਟਾਕ ਪੂਲੇ ਦਉ ਬੀਰ ਝੂਲੇ ਦੋਆ ਸੂਰਮਿਆਂ ਦੇ ਸਰੀਰਾਂ ਤੇ ਪਾਏ ਹੋਏ ਕੱਪੜੇ ਲਾਲ ਰੰਗ ਦੇ ਲਹੂ ਨਾਲ ਇਸ ਤਰ੍ਹਾਂ ਲਾਲ ਪ੍ਰਤੀਤ ਹੁੰਦੇ ਨੇ ਮਨੋਂ ਟੱਕ ਦੇ ਫੁੱਲ ਖਿੜੇ ਹੋਣ ਦੋਆ ਪਾਸਿਆਂ ਦੇ ਯੋਧੇ ਸੂਰਮੇ ਝੂਲ ਝੂਲ ਕੇ ਪੈਂਦੇ ਹਨ ਰਣੰਗ ਰੰਗ ਸੋਹਾ ਗੁਰੂ ਕੀਨ ਦੋਹਾ ਭਾਈ ਸੰਗੋਸ਼ਾ ਜੀ ਨੂੰ ਇਸ ਤਰ੍ਹਾਂ ਲੜਦਿਆਂ ਵੇਖ ਕੇ ਭਾਈ ਸੰਗੋਸ਼ਾ ਜੀ ਨੂੰ ਇਸ ਤਰ੍ਹਾਂ ਜੂਝਦਿਆਂ ਵੇਖ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਬਚਿੱਤਰ ਨਾਟਕ ਬਾਣੀ ਦੇ 8ਵੇਂ ਅਧਿਆਇ ਵਿੱਚ ਇਹ ਪਾਵਨ ਬਚਨ ਇਹ ਦੋਹਰਾ ਭਾਈ ਸੰਗੋਸ਼ਾ ਜੀ ਦੀ ਸੋਭਾ ਵਿੱਚ ਖੁਦ ਗੁਰੂ ਕਲਗੀ ਧਰ ਨੇ ਆਪਣੀ ਕਲਮ ਦੇ ਨਾਲ ਲਿਖਿਆ ਸ੍ਰੀ ਮੁਖਵਾਕ ਸ੍ਰੀ ਮੁਖਵਾਕ ਦਾ ਮਤਲਬ ਹੈ ਵੀ ਆ ਵਾਕ ਆ ਵਚਨ ਬਾਜਾ ਵਾਲੇ ਪ੍ਰੀਤਮ ਗੁਰੂ ਕਲਗੀ ਧਰਜੀ ਦੇ ਮੁਖਾਰ ਬਿੰਦ ਚੋਂ ਚਾਰਨ ਕੀਤੇ ਹੋਏ ਨੇ ਦੋਹਰਾ ਮਾਰ ਨਿਜਾਬਤ ਖਾਨ ਕੋ ਸੰਗੋ ਜੂਜੇ ਜੂਝਾਰ ਕਹਿੰਦੇ ਨਜਾਬਤ ਖਾਨ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਜੂਝ ਗਏ ਜੁਝਾਰੂਆਂ ਵਾਂਗੂ ਯੋਧਿਆਂ ਵਾਂਗੂ ਜੂਝ ਗਏ ਹਾ ਹਾ ਇਹ ਲੋਕ ਕੈਂ ਪਇਓ ਸੁਰਗ ਲੋਕ ਜੈਤਾਰ ਭਾਈ ਸੰਗੋ ਸ਼ਾਹ ਜੀ ਦੀ ਲੜਾਈ ਵੇਖ ਕੇ ਜੰਗ ਦੇ ਮੈਦਾਨ 'ਚ ਜੂਝਣਾ ਵੇਖ ਕੇ ਇੱਕ ਵਾਰੀ ਇਸ ਧਰਤੀ ਦੇ ਉੱਤੇ ਤਾਂ ਹਾਹਾਕਾਰ ਮਚ ਗਈ ਸੂਰਮੇ ਦੰਦਿਆਂ ਥੱਲੇ ਉਂਗਲਾਂ ਲੈ ਲੈ ਕੇ ਚੱਬਦੇ ਨੇ ਇੰਨੀ ਦਲੇਰੀ ਨਾਲ ਲੜ ਰਹੇ ਨੇ ਭਾਈ ਸੰਗੋਸ਼ਾ ਜੀ ਪਰ ਉਧਰ ਸਵਰਗ ਲੋਕ ਦੇ ਵਿੱਚ ਜੈ ਜੈਕਾਰ ਦੇ ਨਾਦ ਗੂੰਜ ਰਹੇ ਨੇ ਤਾਂ ਨਾ ਇਹ ਸੂਰਮਾ ਤਨ ਹੈ ਯੋਧਾ ਗੁਰੂ ਕਲਗੀਧਰ ਪਾਤਸ਼ਾਹ ਦਾ ਇਹਦੀ ਸੇਵਾ ਕਰਨ ਦਾ ਮੌਕਾ ਸਾਨੂੰ ਪ੍ਰਾਪਤ ਹੋਵੇਗਾ ਦੋਹਰਾ ਪਿਖ ਪੁਰਸ਼ਾਰਤ ਵੀਰ ਕੋ ਕਰਿਓ ਜੰਗ ਵੱਡ ਕਾਮ ਇਸ ਮਹਾਨ ਯੋਧੇ ਭਾਈ ਸੰਗੋਸ਼ਾ ਦਾ ਪ੍ਰਸਾਰਥ ਵੇਖ ਕਰਕੇ ਕਿ ਜੰਗ ਦੇ ਮੈਦਾਨ ਚ ਬੜੀ ਬਹਾਦਰੀ ਨਾਲ ਭਾਈ ਸੰਗੋਸ਼ਾ ਜੀ ਨੇ ਜੰਗ ਦੇ ਮੈਦਾਨ ਚ ਸਭ ਤੋਂ ਮੂਹਰੇ ਹੋ ਕੇ ਸਭ ਤੋਂ ਪਹਿਲਾ ਭਾਈ ਸੰਗੋਸ਼ਾ ਜੀ ਲੜੇ ਨੇ ਸੰਗੋ ਕਾ ਸਤ ਗੁਰ ਤਰਿਓ ਨਾਮ ਸ਼ਾਹ ਸੰਗਰਾਮ ਜੰਗ ਦੇ ਮੈਦਾਨ 'ਚ ਪਾਈ ਸੰਗੋ ਸ਼ਾਹ ਜੀ ਦੀ ਬਹਾਦਰੀ ਵੇਖ ਕੇ ਕਿਉਂਕਿ ਸਭ ਤੋਂ ਪਹਿਲਾ ਹੱਲਾ ਜਿਹੜਾ ਤੁਰਕ ਇਹਨਾਂ ਦਾ ਹੋਇਆ ਪਹਾੜੀਆਂ ਦਾ ਉਸ ਹੱਲੇ ਨੂੰ ਪਾਈ ਸੰਗੋ ਸ਼ਾਹ ਜੀ ਨੇ ਰੋਕਿਆ ਸੀ ਔਰ ਬੜੀ ਬਹਾਦਰੀ ਨਾਲੇ ਲੜਦੇ ਰਹੇ ਅਖੀਰਲੇ ਸਵਾਸਾਂ ਤੱਕ ਲੜਦੇ ਰਹੇ ਕਹਿੰਦੇ ਇਹਨਾਂ ਦੀ ਐਸੀ ਬਹਾਦਰੀ ਨੂੰ ਵੇਖ ਕੇ ਕਲਗੀਧਰ ਜੀ ਨੇ ਪਾਈ ਸੰਗੋ ਸ਼ਾਹ ਜੀ ਨੂੰ ਲਖਵ ਦਿੱਤਾ ਮਾਣ ਦਿੱਤਾ ਸਤਕਾਰ ਦਿੱਤਾ ਤੇ ਨਾਂ ਰੱਖਿਆ ਸ਼ਾਹ ਸੰਗਰਾਮ ਇਹ ਖਿਤਾਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸੰਗੋਸ਼ਾਹ ਜੀ ਨੂੰ ਦਿੱਤਾ ਕਿ ਜੰਗ ਦੇ ਮੈਦਾਨ ਦਾ ਸ਼ਾਹ ਕਿਹਦੇ ਵਰਗਾ ਕੋਈ ਦੂਜਾ ਨਹੀਂ ਭੰਗਾਣੀ ਦੇ ਜੰਗ 'ਚ ਜੰਗ ਦੇ ਮੈਦਾਨ ਦਾ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸੰਗੋਸ਼ਾਹ ਜੀ ਨੂੰ ਕਿਹਾ ਰਸਾਵਲ ਚੰਦ ਲਗੇ ਕਵਸੋਹੇ ਚੜੀ ਬੰਕ ਪੋਹੇ ਭਾਈ ਸੰਗੋ ਸ਼ਾਹ ਜੀ ਦੇ ਸਰੀਰ ਦੇ ਉੱਤੇ ਜ਼ਖਮ ਲੱਗ ਰਹੇ ਨੇ ਫੱਟ ਲੱਗ ਰਹੇ ਨੇ ਘਾਵ ਲੱਗ ਰਹੇ ਨੇ ਪਰ ਪੋਹਾ ਚੜੀਆਂ ਹੋਈਆਂ ਭਾਈ ਸੰਗੋ ਸ਼ਾਹ ਜੀ ਦੀਆਂ ਮੁਛਰੇ ਚੜੇ ਹੋਏ ਹਨ ਗਰੇ ਜੰਗ ਮਾਈ ਹਟਿਓ ਪੈਰ ਨਾਹੀ ਲੜਦਿਆਂ ਲੜਦਿਆਂ ਜਿਵੇਂ ਪੁਰਜਾ ਪੁਰਜਾ ਕੱਟ ਹੋ ਜਾਂਦਾ ਸਰੀਰ ਦਾ ਭਾਈ ਸਾਹਿਬ ਭਾਈ ਸੰਗੋਸ਼ਾ ਜੀ ਜੰਗ ਦੇ ਮੈਦਾਨ ਚ ਡਿੱਗ ਪਏ ਪਰ ਆਪਣੇ ਪੈਰ ਹਲਾ ਕੇ ਪਿੱਛੇ ਨਹੀਂ ਆਏ ਅੱਗੇ ਵਧ ਕੇ ਵੈਰੀ ਵਾਲੇ ਪਾਸੇ ਨੂੰ ਡਿੱਗੇ ਹਨ ਗਯੋ ਦੇਵ ਲੋਕੰ ਜਹਾਨਾਹੇ ਸ਼ੋਕੰ ਔਰ ਇਹੋ ਜੇ ਪੂਰੀ ਵਿੱਚ ਇਹੋ ਜੇ ਧਾਮ ਦੇ ਵਿੱਚ ਚਲੇ ਗਏ ਜਿੱਥੇ ਕੋਈ ਸ਼ੋਕ ਨਹੀਂ ਹੈ ਭਾਈ ਸੰਗੋਸ਼ਾ ਜੀ ਸ਼ੀਧੀ ਪ੍ਰਾਪਤ ਕਰ ਗਏ ਜੰਗ ਦੇ ਮੈਦਾਨ ਚ कलगी तारजी दी भुआ ਦੇ ਦੋ ਪੁੱਤ ਸ਼ਹੀਦ ਹੋ ਗਏ ਨੇ ਜੰਗ ਦੇ ਮੈਦਾਨ ਚ ਪਹਿਲਾ ਭਾਈ ਸਾਹਿਬ ਭਾਈ ਜੀਤਮਲ ਜੀ ਹੁਣ ਦੂਜੇ ਭਾਈ ਸੰਗੋਸ਼ਾ ਜੀ ਔਰ ਸ਼ਹੀਦ ਹੋਣ ਤੋਂ ਬਾਅਦ ਭਾਈ ਸੰਗੋਸ਼ਾ ਜੀ ਇੱਕ ਇਹੋ ਜੀ ਪੁਰੀ ਵਿੱਚ ਚਲੇ ਗਏ ਨੇ ਜਿੱਥੇ ਕੋਈ ਗਮ ਨਹੀਂ ਜਿੱਥੇ ਕੋਈ ਸ਼ੋਕ ਨਹੀਂ ਉਸ ਪੁਰੀ ਨੂੰ ਭਾਈ ਭਗਤ ਸਾਹਿਬ ਭਗਤ ਰਵਿਦਾਸ ਜੀ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਓ ਉਸ ਸ਼ਹਿਰ ਦੇ ਵਾਸੀ ਹੋ ਗਏ ਗਰੇ ਵੀਰ ਦੋਈ ਪ੍ਰਭੂ ਪੇਖ ਸੋਈ ਦੋਵੇਂ ਵੀਰ ਯੋਧੇ ਜੰਗ ਦੇ ਮੈਦਾਨ ਵਿੱਚ ਡਿੱਗ ਪਏ ਨਜਾਬਤ ਖਾਨ ਵੀ ਮਰ ਕੇ ਡਿੱਗ ਪਿਆ ਔਰ ਭਾਈ ਸਾਹਿਬ ਭਾਈ ਸੰਗੋਸ਼ਾ ਜੀ ਵੀ ਸ਼ਹੀਦੀ ਪਾਗੈ ਕਲਗੀਧਰ ਜੀ ਨੇ ਵੇਖਿਆ ਚਲੇ ਆਪ ਆਗੇ ਰਦੇ ਕੋਪ ਜਾਗੇ ਆਪਣੇ ਭਰਾਵਾਂ ਨੂੰ ਜੰਗ ਦੇ ਮੈਦਾਨ 'ਚ ਸ਼ਹੀਦ ਹੁੰਦਿਆਂ ਵੇਖ ਕੇ ਸਿੱਖਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਭਾਰੀ ਪੀਰ ਅਸ ਵਿੱਚ ਆਏ ਮਹਾਰਾਜ ਜੀ ਆਪ ਹੁਣ ਅੱਗੇ ਜੰਗ ਦੇ ਮੈਦਾਨ ਵਿੱਚ ਵੱਧ ਕੇ ਆਏ ਹਨ ਸੰਭਾਰੇ ਕੁ ਡੰਡੰ ਖਤੰਗ ਪ੍ਰਚੰਡ ਮਹਾਰਾਜ ਜੀ ਨੇ ਆਪਣਾ ਕਮਾਨ ਆਪਣੀ ਤਨਖ ਹੱਥ ਦੇ ਵਿੱਚ ਸੰਭਾਲੀ ਹੈ ਬੜੇ ਤਿੱਖੇ ਤੀਰ ਗੁਰੂ ਕਲਗੀ ਤਰ ਪਾਤਸ਼ਾਹ ਦੇ ਚਾਰ ਚਾਰ ਉਂਗਲ ਖਪਰੇ ਤੀਰ ਚੌੜੇ ਉਹ ਮਹਾਰਾਜ ਜੀ ਨੇ ਪਕੜੇ ਹਨ ਪਇਓ ਤੇਜ ਕੋਰਾ ਜ਼ਰੀ ਜ਼ੀਨ ਥੋਰਾ ਮਹਾਰਾਜ ਜੀ ਦਾ ਨੀਲਾ ਘੋੜਾ ਬੜੇ ਤੇਜੀ ਅੱਗੇ ਜੰਗ ਦੇ ਮੈਦਾਨ 'ਚ ਵਧਿਆ ਜਿਹਦੇ ਤੇ ਬੜੀ ਸੋਹਣੀ ਜ਼ਰੀਦਾਰ ਕਾਠੀ ਪਾਈ ਹੋਈ ਹੈ ਖਰੇ ਖਾਨ ਖੂਨੀ ਰਿਸੇ ਪੇਖ ਦੂਨੀ ਔਰ ਉਧਰ ਜਿਹੜੇ ਖਾਨ ਖੂਨੀ ਬਣ ਕੇ ਸਾਹਮਣੇ ਖੜੇ ਨੇ ਉਹਨਾਂ ਨੂੰ ਵੇਖ ਕੇ ਕਲਗੀਧਰ ਦੀ ਭਾਰੀ ਰਿਸ ਵਿੱਚ ਆਏ ਹਨ ਵੀਰ ਰਸ ਵਿੱਚ ਆਏ ਹਨ ਪਾਜੀ ਬੰਬ ਪੂਰੀ ਸੁਣੀ ਜਾਏ ਦੂਰੀ ਜਦੋਂ ਕਲਗੀਧਰ ਹੁਣ ਆਪ ਅੱਗੇ ਚੜ ਕੇ ਆਏ ਨੇ ਮੈਦਾਨ ਵਿੱਚ ਮਹਾਰਾਜ ਜੀ ਦੇ ਨਗਾਰਚੀ ਨੇ ਦੋਰੀਆਂ ਚੋਬਾ ਲਾ ਕੇ ਨਗਾਰੇ ਨੂੰ ਵਜਾਇਆ ਨਗਾਰਾ ਗੂੰਜਿਆ ਹੈ ਉਤੇ ਖਾਨ ਠੂਕੇ ਮੁਖੰ ਮਾਰ ਕੂਕੇ ਨਗਾਰੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ ਲੱਗ ਗਿਆ ਪਤਾ ਦੁਸ਼ਮਣ ਨੂੰ ਕਿ ਕਲਗੀਧਰ ਜੀ ਖੁਦ ਆਪ ਹੁਣ ਅੱਗੇ ਵੱਧ ਕੇ ਆਏ ਨੇ ਲੜਨ ਵਾਸਤੇ ਉਧਰੋਂ ਜਿਹੜੇ ਖਾਨ ਨੇ ਉਹ ਵੀ ਬੜੇ ਵੀਰ ਰਸ ਵਿੱਚ ਭਿੱਜੇ ਹੋਏ ਅੱਗੇ ਆ ਕੇ ਲੜਨ ਲੱਗੇ ਗੁਰੂ ਬਾਨ ਲੀਨਾ ਤਨੇ ਐਂਚ ਕੀਨਾ ਗੁਰਦੇਵ ਨੇ ਪੱਥੇ ਚੋਂ ਚੌਣਵਾ ਜਾਂ ਤੀਰ ਕੱਢਿਆ ਕਲਗੀਧਰ ਪਾਤਸ਼ਾਹ ਨੇ ਉਸ ਵਕਤ ਇਹ ਪਹਿਲਾ ਤੀਰ ਮਹਾਰਾਜ ਜੀ ਭੰਗਾਣੀ ਦੇ ਜੰਗ ਚ ਚਲਾਣ ਲੱਗੇ ਹਨ ਇਸ ਤਰ੍ਹਾਂ ਕਹਿ ਸਕਦੇ ਆ ਇਸ ਜੀਵਨ ਕਾਲ ਦਾ ਪਹਿਲਾ ਤੀਰ ਜਿਹੜਾ ਰਣ ਭੂਮੀ ਦੇ ਵਿੱਚ ਮਹਾਰਾਜ ਜੀ ਨੇ ਚਲਾਇਆ ਉਹ ਤੀਰ ਗੁਰਦੇਵ ਨੇ ਆਪਣੇ ਭੱਥੇ ਚੋਂ ਕੱਢਿਆ ਤੇ ਚਿਲੇ ਤੇ ਚੜਿਆ ਤਜਿਓ ਬੇਗ ਸੰਗਾ ਲਗਿਓ ਖਾਨ ਅੰਗਾ ਕਹਿੰਦੇ ਇੱਕ ਤੀਰ ਇੱਕ ਖਾਨ ਅੱਗੇ ਬੜਾ ਵਧਿਆ ਆਉਂਦਾ ਸੀ ਤੇਜ਼ੀ ਦੇ ਨਾਲ ਉਹਦਾ ਨਿਸ਼ਾਨਾ ਸੇਧ ਕੇ ਜਦੋਂ ਪਾਤਸ਼ਾਹ ਨੇ ਤੀਰ ਚਲਾਇਆ ਕਹਿੰਦੇ ਤੀਰ ਉਹਦੀ ਛਾਤੀ 'ਚ ਵੱਜ ਕੇ ਪਾਰ ਜਾ ਨਿਕਲਿਆ ਪਹਿਲਾ ਅੱਗੇ ਆਉਂਦਾ ਖਾਨ ਨਾਲ ਦੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ ਗਿਰੋ ਜੰਗ ਖੇਤਾ ਨਹੀਂ ਫੇਰ ਚੇਤਾ ਜੇ ਮਹਾਰਾਜ ਜੀ ਦਾ ਤੀਰ ਵੱਜਾ ਉਹ ਖਾਨ ਜਦੋਂ ਜੰਗ ਦੇ ਮੈਦਾਨ ਚ ਡਿੱਗਾ ਉਹਨੂੰ ਮੁੜ ਕੇ ਹੋਸ਼ ਨਹੀਂ ਆਈ ਉਹਨੂੰ ਮੁੜ ਕੇ ਚੇਤਾ ਨਹੀਂ ਆਇਆ ਮੈਂ ਕਿੱਥੇ ਕਿੱਥੇ ਉਹ ਮੁੜ ਸਾਵਧਾਨ ਨਹੀਂ ਹੋਇਆ ਦਸਿਓ नाग ਮਾਨੋ ਕਰੇ ਪ੍ਰਾਨ ਹਾਨੋ ਇਹਦੇ ਮਾਨੋ ਜਿਵੇਂ ਕਿਸੇ ਉੱਡਣੇ नाग ਨੇ ਬੜੇ ਜਰੀਲੇ ਸੱਪ ਨੇ ਡੰਗ ਲਿਆ ਹੋਵੇ ਇਹੋ ਜੇ ਸੱਪ ਨੇ ਡੱਸਿਆ ਹੋਵੇ ਵੀ ਦੱਸਦਿਆਂ ਸਾਰ ਇਹਦੇ ਪ੍ਰਾਣ ਕੱਢ ਲੈ ਹੋਣ ਤੂਤੀ ਬਾਣ ਲੈ ਕੇ ਗੋਨੰ ਜੋਰ ਕਹਿ ਕਾ ਪਾਸ਼ਾ ਨੇ ਦੂਜਾ ਤੀਰ ਆਪਣੇ ਪੱਥੇ ਚੋਂ ਕੱਢਿਆ ਉਹਨੂੰ ਵੀ ਤਰਕਸ਼ ਦੇ ਉੱਤੇ ਤੰਦੀ ਤੇ ਚੜਿਆ ਹੈ। ਅਰਿਓ ਤਾਨ ਤਾਨਾ ਲਗਿਓ ਖਾਨ ਕਾਨਾ। ਬਾਹ ਦੇ ਤਾਣ ਨਾਲ ਮਹਾਰਾਜ ਜੀ ਨੇ ਉਹਨੂੰ ਖਿੱਚਿਆ ਔਰ ਕੰਨਾਂ ਤੱਕ ਜਦੋਂ ਖਿੱਚ ਕੇ ਲੈ ਕੇ ਗਏ ਨੇ ਔਰ ਉਸ ਤੀਰ ਨੂੰ ਪਾਤਸ਼ਾਹ ਨੇ ਚਲਾਇਆ ਸਾਹਮਣੇ ਜਿਹੜਾ ਖਾਨ ਸੀ ਉਹਦਾ ਨਿਸ਼ਾਨਾ ਵਿਨ ਸਾਧ ਕੇ ਦੋਹਰਾ ਸਭ ਖਾਨਨ ਸਰਦਾਰ ਵੱਡ ਨਾਮ ਜੋ ਪੀਖਨ ਖਾਨ ਇਹ ਜਿਹੜਾ ਦੂਸਰਾ ਤੀਰ ਮਹਾਰਾਜ ਜੀ ਨੇ ਚਲਾਇਆ ਨਾ ਇਹ ਚਲਾਇਆ ਮਹਾਰਾਜ ਜੀ ਨੇ ਨਾ ਖਾਨਾ ਦਾ ਸਭ ਤੋਂ ਜਿਹੜਾ ਵੱਡਾ ਜਰਨੈਲ ਸੀ ਪੀਖਨ ਖਾਨ ਉਹੀ ਬਚਿਆ ਬਾਕੀ ਨਜਾਬਤ ਖਾਨ ਵੀ ਮਾਰਿਆ ਗਿਆ ਤੇ ਹਯਾਤ ਖਾਨ ਵੀ ਮਾਰਿਆ ਗਿਆ ਨਜਾਬਤ ਖਾਨ ਨੂੰ ਭਾਈ ਸਾਹਿਬ ਭਾਈ ਸੰਗੋਸ਼ਾਹ ਜੀ ਨੇ ਮਾਰਿਆ ਹਯਾਤ ਖਾਨ ਨੂੰ ਮਹੰਤ ਕ੍ਰਿਪਾਲਦਾਸ ਜੀ ਉਦਾਸੀ ਨੇ ਮਾਰਿਆ ਪੀਖਨ ਖਾਨ ਖੜਾ ਸਾਹਮਣੇ ਹੁਣ ਇਹੀ ਇੱਕ ਜਰਨਲ ਇਹਨਾ ਪਠਾਣਾ ਦਾ ਸਭ ਤੋਂ ਵੱਡਾ ਮਹਾਰਾਜ ਜੀ ਨੇ ਇਹਦਾ ਨਿਸ਼ਾਨਾ ਤੱਕਿਆ ਹੈ ਨਿੰਮਕ ਹਰਾਮੀ ਜਾਨਕੈ ਮਾਰੇ ਉਹ ਤੀਖਨ ਬਾਨ ਇਸ ਨੂੰ ਨਮਕ ਹਰਾਮੀ ਜਾਣ ਕੇ ਵੀ ਗੁਰੂ ਘਰ ਦਾ ਲੂਣ ਖਾ ਕੇ ਗੁਰੂ ਖਿਲਾਫ ਹੀ ਲੜਨ ਖਲੋਤਾ ਹੈ ਮਹਾਰਾਜ ਜੀ ਨੇ ਤਿੱਖਾ ਤੀਰੇ ਦੇ ਵੱਲ ਛੱਡਿਆ ਚਲਾਇਆ ਰਸਾਵਲ ਚੰਦ ਮੁਖੰਤਾਕ ਮਾਰਾ ਮਰ ਹਾਂਜੀ ਮੁਖੰਤਾਕ ਮਾਰਾ ਮਨੋਂ ਨਾਗਕਾਰਾ ਮਹਾਰਾਜ ਜੀ ਨੇ ਦੇ ਮੂੰਹ ਦਾ ਨਿਸ਼ਾਨਾ ਲਾ ਕੇ ਤੀਰ ਚਲਾਇਆ ਕਹਿੰਦੇ ਇਸ ਤਰ੍ਹਾਂ ਤੀਰ ਗਿਆ ਮਾਨੋ ਜਿਵੇਂ ਖਾਲੇ ਰੰਗ ਦਾ ਉੱਡਣਾ ਨਾਗ ਜਾ ਰਿਹਾ ਹੋਵੇ ਚਲਿਓ ਸ਼ੂਕ ਆਗੇ ਰਿਪੂਤਰਾਸ ਲਾਗੇ ਕਹਿੰਦੇ ਜਦੋਂ ਤੀਰ ਸ਼ੂਕ ਦਾ ਜਾ ਰਿਹਾ ਨਾ ਤੇ ਵੇਖ ਕੇ ਵੈਰੀਆਂ ਦੇ ਮਨ ਕੰਬ ਰਹੇ ਨੇ ਉਹਨਾਂ ਦੇ ਹਿਰਦੇ ਡਾਵਾਂ ਡੋਲ ਹੋ ਰਹੇ ਨੇ ਨਹੀਂ ਠੰਡ ਹੋਵਾ ਪ੍ਰਭੂ ਪੀਮ ਜੋਵਾ ਸਾਤਗੁਰਾਂ ਦਾ ਐਸਾ ਬੇਰਸੀ ਰੂਪ ਵੇਖ ਕੇ ਭੀਖਣ ਖਾਂ ਦਾ ਹੌਸਲਾ ਨਹੀਂ ਪਿਆ ਵੀ ਖਲੋਤਾ ਰਹੇ ਉਹ ਦੌੜ ਪਿਆਗੇ ਲੱਗ ਕੇ تیر ਆਉਂਦਾ ਵੇਖ ਕੇ ਨਾ ਵੀ ਮੈਨੂੰ ਵੱਜੇਗਾ ਉਹਨੇ ਮਹਾਰਾਜ ਜੀ ਵੱਲ ਪਿੱਠ ਕੀਤੀ ਤੇ ਦੌੜਿਆ ਬচ্চਿਓ ਆਪ ਭਾਗਿਓ ਤੁਰੰਗੈ ਸੋ ਲਾਗਿਓ ਪਰ ਸਤਗੁਰਾਂ ਦਾ ਚਲਾਇਆ ਤੀਰ ਸੇ નિષ્ਫਲ ਕਿਵੇਂ ਜਾਂਦਾ ਆਪ ਤਾਂ ਬਚ ਗਿਆ ਪਾਰੇ ਦੇ ਘੋੜੇ ਨੂੰ ਜਾ ਕੇ ਤੀਰ ਵੱਜਾ ਤੇ ਘੋੜਾ ਉਸੇ ਵੇਲੇ ਨਾਲ ਹੀ ਚਾਲੇ ਪਾ ਗਿਆ ਪਰ ਉਹ ਪਾਰ ਜਾਈ ਗਿਰੋ ਜੰਗ ਥਾਈ ਕਹਿੰਦਾ ਘੋੜੇ ਦੇ ਹੋ ਜਾ ਤੀਰ ਵੱਜਾ ਕੇ ਵੱਜ ਕੇ ਪਾਰਲੇ ਪਾਸੇ ਜਾ ਨਿਕਲਿਆ ਇਹ ਆਪ ਬਚ ਗਿਆ ਭੱਜ ਕੇ ਪਾਸੇ ਹੋ ਕੇ ਘੋੜਾ ਇਹਦਾ ਮਾਰਿਆ ਗਿਆ ਮਰਿਓ ਸੋ ਕੀ ਕਾ ਨਾ ਚਲਿਓ ਤਿਆਗ ਖਾਨਾ ਇਹ ਘੋੜਾ ਥੱਲੇ ਡਿੱਗ ਪਿਆ ਫਿਰ ਵੀ ਨਹੀਂ ਖਲੋਤਾ ਵੀ ਮੇਰਾ ਘੋੜਾ ਮਰ ਗਿਆ ਤੇ ਮਨ ਚ ਰੋਸ ਆਇਆ ਹੋਵੇ ਵੀ ਲੜ ਪਵਾ ਫਿਰ ਵੀ ਪੱਬਾ ਭਰਨੇ ਹੋ ਕੇ ਭੱਜਣ ਲੱਗਾ ਗੁਰੂ ਬਾਨ ਆਨਾ ਤ ਜਿਹਾਨ ਖਾਨਾ ਇਹਨੂੰ ਪਤਾ ਸੀ ਕਿ ਸਤਗੁਰਾਂ ਦਾ ਜਿਹੜਾ ਬਾਣ ਹੈ ਜੇ ਆ ਗਿਆ ਮੇਰੇ ਤਾਂ ਹੀ ਇਹਨੇ ਮੇਰੇ ਪ੍ਰਾਣ ਕੱਢ ਲੈਣੇ ਜਾਣਦਾ ਸੀ ਕਿ ਸਤਗੁਰਾਂ ਦੇ ਤੀਰ ਚਲਾਉਣ ਵਿੱਚ ਕੋਈ ਦੂਜਾ ਸਾਨੀ ਨਹੀਂ ਨੰਦ ਚੰਦ ਛੇਪਰੰਗ ਦਾ ਆ ਰਾਮ ਬਿਪਰੰਗ ਇਧਰ ਦੀਵਾਨ ਨੰਦ ਚੰਦ ਦੀ ਛੇਪਰੰਗ ਦਾ ਮਤਲਬ ਹੁੰਦਾ ਛੇਤੀ ਨਾਲ ਭਾਈ ਸਾਹਿਬ ਭਾਈ ਦਇਆਰਾਮ ਜੀ ਗੁਰੂ ਕੋਪ 헤ਰਾ ਸੰਗ ਰਾਮੰ ਬਡੇਰਾ ਜਦੋਂ ਸਤਗੁਰਾਂ ਨੂੰ ਬੀਰਸ ਵਿੱਚ ਆਇਆ ਵੇਖਿਆ ਨਾ ਯੋਧਿਆਂ ਨੇ ਤੇ ਜਿੰਨੇ ਯੋਧੇ ਅੱਗੇ ਨਾਲੋਂ ਵੀ ਦੁੱਗਣੇ ਰੋਹ ਵਿੱਚ ਭਰ ਗਏ ਇਨਾ ਅੰਦਰ ਮਾਨੋ ਜਿਵੇਂ ਇੱਕ ਪ੍ਰਕਾਰ ਦਾ ਕਰੰਟ ਭਰ ਗਿਆ ਹੋਵੇ ਔਰ ਬੜੀ ਬਹਾਦਰੀ ਨਾਲ ਫੇਰ ਲੜਨ ਲੱਗੇ। ਪਰੇ ਤਾਏ ਦੋਈ ਹਨੇ ਖਾਨ ਸੋਈ। ਇਹ ਦੋਵੇਂ ਹੀ ਦੌੜੇ ਜਾਂਦੇ ਉਹਨਾਂ ਪਠਾਣਾ ਦੇ ਭੇੜ ਦੇ ਵਿੱਚ ਤੇ ਉਹਨਾਂ ਨੂੰ ਵੱਢਦੇ ਜਾ ਰਹੇ ਨੇ, ਕੱਟਦੇ ਜਾ ਰਹੇ ਨੇ। ਕਰਿਓ ਜ਼ੋਰ ਹੱਲਾ ਨਹੀਂ ਜਾਏ ਝੱਲਾ। ਇਹੋ ਜਾਂ ਜ਼ੋਰ ਦਾ ਹੱਲਾ ਕੀਤਾ ਕਿ ਪਠਾਣਾ ਕੋਲੋਂ ਇਹ ਹੱਲਾ ਝੱਲਿਆ ਨਹੀਂ ਗਿਆ। ਕਰਿਓ ਸ਼ੋਰ ਊਚਾ ਸੋਦੂ ਪੂਰੇ ਪਾਹੂ ਚਾ ਬੜੇ ਦੂਰ ਤੱਕ ਸ਼ੋਰ ਮਚ ਗਿਆ ਹੁਣ ਕਲਗੀ ਤਰ ਆਪ ਆਏ ਨੇ ਹੱਲਾ ਕਰਨ ਵਾਸਤੇ ਹੁਣ ਕਿਹੜਾ ਮੇਰੇ ਪਾਤਸ਼ਾਹ ਦਾ ਹੱਲਾ ਝੱਲ ਸਕੇ ਕਹਿੰਦੇ ਉਸ ਵੇਲੇ ਦੂਰ ਤੱਕ ਪਠਾਨ ਦੌੜਨ ਲੱਗੇ ਤੇ ਆਵਾਜ਼ ਸੁਣਾਈ ਦੇਣ ਲੱਗੀ ਏ ਖਾਨ ਨਾ ਹੀ ਰੀ ਦੇ ਤ੍ਰਾਸ ਮਾਈ ਏ ਖਾਨ ਹੁਣ ਟਿਕਦੇ ਨਹੀਂ ਜੰਗ ਦੇ ਮੈਦਾਨ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਬੜੇ ਸੂਰਮੇ ਹੁੰਦੇ ਹਾਂ ਅੱਗੇ ਲੱਗ ਕੇ ਦੌੜ ਪਏ ਆਪਣੇ ਪੈਰ ਰਣ ਭੂਮੀ ਵਿੱਚ ਨਹੀਂ ਲਾਉਂਦੇ ਪ੍ਰਹਾਰੇ ਸੁਹਾਗੇ ਵੱਡੇ ਕਾਵ ਲਾਗੇ ਔਰ ਭੱਜੇ ਭੱਜੇ ਵੀ ਇਹਨਾਂ ਨੂੰ ਜਦੋਂ ਭੱਜੇ ਜਾਂਦੇ ਨੇ ਭੱਜਿਆਂ ਹੋਿਆਂ ਨੂੰ ਵੀ ਮਾਰਦੇ ਆ ਵੱਢਦੇ ਆ ਜੰਗ ਦੇ ਮੈਦਾਨ 'ਚ ਜ਼ਖਮੀ ਹੁੰਦੇ ਹਨ ਓ ਜੰਗ ਪਾਰਾ ਨਾ ਜਾਈ ਸਹਾਰ ਇਹੋ ਜਿਹਾ ਭਿਆਨਕ ਜੰਗ ਹੋਇਆ ਵੀ ਹੁਣ ਇਹ ਜੰਗ ਸਹਾਰਿਆ ਨਹੀਂ ਪਿਆ ਜਾਂਦਾ ਦੁਸ਼ਮਣ ਕੋਲ ਹਜ਼ਾਰਾਂ ਸੋ ਜੋਦਾ ਪਜੇ ਤਿਆਗ ਕਰੋਦਾ ਮਹਾਰਾਜ ਜੀ ਦੇ ਕੇਵਲ ਗਿਣਤੀ ਦੇ ਸੂਰਮੇ ਨੇ ਤੇ ਦੂਜੇ ਪਾਸੇ ਪਹਾੜੀਏ ਹਜ਼ਾਰਾਂ ਦੀ ਗਿਣਤੀ ਜੱਗੇ ਦੌੜੀ ਜਾਂਦੇ ਸੂਂਟਾਂ ਵਟ ਕੇ ਮੂੰਹ ਤਾਣੇ ਹੋ ਕੇ ਦੌੜੇ ਜਾਂਦੇ ਹਨ ਮਿਲੇ ਪੂਤ ਪ੍ਰੇਤੰ ਪਖੇ ਮਾਸ ਖੇਤੰ ਤੇ ਜੰਗ ਦੇ ਮੈਦਾਨ ਚ ਸੂਰਮਿਆਂ ਦੀਆਂ ਲਾਸ਼ਾਂ ਦਾ ਖੰਡਾਬ ਦੂਰ ਦੂਰ ਤੱਕ ਦਿਸਦਾ ਬਹੁਤ ਸਾਰੀਆਂ ਜਿਹੜੀਆਂ ਜੰਗਲੀ ਜਾਨਵਰ ਨੇ ਮਾਸ ਭਖਣ ਵਾਲੇ ਉਹ ਰਣ ਭੂਮੀ ਦੇ ਵਿੱਚ ਆਉਂਦੇ ਆ ਭੂਤ ਪ੍ਰੇਤ ਨੱਚ ਰਹੇ ਹਨ ਬੜੀ ਗ੍ਰਿਜ ਬੋਲੇ ਵੀਸਾ ਲੀ ਕਲੋ ਲੈ ਵਡੀਆਂ ਵਡੀਆਂ ਗਿੱਧਾਂ ਜਿਹੜੀਆਂ ਨੇ ਰਣ ਭੂਮੀ ਦੇ ਵਿੱਚ ਬੋਲਦੀਆਂ ਹਨ ਤੇਰੇ ਅਨ ਸਿਆਰੰ ਪੁਕਾਰਾਂ ਪੁਕਾਰੰ ਗਿੱਦੜ ਤੇ ਗਿੱਧੜੀਆਂ ਆ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਪੁਕਾਰਦੇ ਹਨ ਲੀਲੀ ਜੋਗਨੀਆਂ ਮਹਾਸ਼ਰੋਨ ਪੀਆ 64 ਜੋਗੜੀਆਂ ਆ ਪਾਈਆਂ ਖੱਪਰ ਲੈ ਕੇ ਸੂਰਮਿਆਂ ਦਾ ਖੂਨ ਆਪਣੇ ਖੱਪਰਾਂ ਵਿੱਚ ਭਰ ਕੇ ਡਕਾਰ ਮਾਰ ਮਾਰ ਕੇ ਪੀਂਦੀਆਂ ਹਨ ਓਏ ਓ ਪੀ ਮਥਾਨਾ ਤਰਸੇ ਬ੍ਰਿੰਦਖਾਨਾ ਕਹਿੰਦੇ ਬੜਾ ਭਿਆਨਕ ਰਣ ਭੂਮੀ ਦਾ ਮਾਹੌਲ ਬਣ ਗਿਆ ਜਿਹੜੇ ਪਠਾਨ ਨੇ ਵੇਖ ਇਕਦਮ ਤਰਸਤ ਹੋ ਗਏ ਡਰ ਗਏ ਕਈਆਂ ਨੂੰ ਤਾਂ ਗਸ਼ੀਆਂ ਪੈ ਗਈਆਂ ਤੇ ਡਿੱਗ ਪਏ ਹਰੀ ਲੋਥ ਬ੍ਰਿੰਦਾ ਬਿਲੰਦੈ ਨਿਕੰਦਾ ਦੂਰ ਤੱਕ ਲਾਸ਼ਾਂ ਹੀ ਲਾਸ਼ਾਂ ਖੰਡੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਦੌੜਦਿਆਂ ਦੇ ਉਹਨਾਂ ਦੇ ਵਿੱਚ ਪੈ ਰੜਦੇ ਹਨ ਪ੍ਰਿਥੀ ਸ਼੍ਰੋਣ ਫੈਲਾ ਪਰਿਓ ਐਲ ਪੈਲਾ ਸਾਰੇ ਧਰਤੀ ਦੇ ਉੱਤੇ ਖੂਨ ਹੀ ਖੂਨ ਮਿਜ ਮਿਜ ਪਸਰਿਆ ਹੋਇਆ ਨਜ਼ਰ ਆਉਂਦਾ ਹੈ ਦੋਹਰਾ ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰਝਾਏ ਇਧਰ ਰਾਜਾ ਹਰੀ ਚੰਦ ਹੰਡੂਰੀਆ ਜਿਹੜਾ ਭਾਈ ਸਾਹਿਬ ਭਾਈ ਜੀਤ ਮਲ ਜੀ ਦੇ ਤੀਰ ਨਾਲ ਬੇਹੋਸ਼ ਹੋ ਗਿਆ ਸੀ ਕੱਲ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਕਿ ਭਾਈ ਜੀਤ ਮਲ ਜੀ ਦੇ ਤੀਰ ਨਾਲ ਹਰੀ ਚੰਦ ਰਾਜਾ ਹੰਡੂਰੀਆ ਏ बेहोਸ਼ੀ ਦੀ ਹਾਲਤ ਵਿੱਚ ਚਲਾ ਗਿਆ ਸੀ ਸਨ ਸਨ ਲੈ ਚੇਤਨਾ ਦੇਖੇ ਖਾਨ ਪਰਾਏ ਇਹਨੂੰ ਪੱਖਾ ਚੱਲਦੇ ਰਹਿ ਜਿਹੜਾ ਜ਼ਖਮ ਹੋਇਆ ਸੀ ਉਹਦੇ ਤੇ ਪੱਟੀ ਲਾਉਂਦੇ ਐ ਔਰ ਇਹਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਹੌਲੇ ਹੌਲੇ ਕਰਕੇ ਇਹਨੂੰ ਹੋਸ਼ ਵਿੱਚ ਲਿਆਂਦਾ ਉਮਡਿਓ ਆਵਤ ਗੁਰੂ ਦਲ ਜੰਗ ਫਤਿਹ ਕੋ ਪਾਏ ਇਹ ਹੋਸ਼ ਵਿੱਚ ਆਇਆ ਤੇ ਉੱਠ ਕੇ ਬੈਠਾ ਉੱਠ ਕੇ ਬੈਠਾ ਤੇ ਕੀ ਵੇਖਦਾ ਵੀ ਉਧਰੋਂ ਪਠਾਨ ਦੌੜੇ ਆਉਂਦੇ ਨੇ ਇਹਦੇ ਵਾਲੇ ਪਾਸੇ ਪਿੱਛੇ ਨੂੰ ਤੇ ਪਿੱਛੇ 사ਤਗੁਰਾਂ ਦੀਆਂ ਫੌਜਾਂ ਆ ਇਹਨਾਂ ਦੇ ਪਿੱਛੇ ਦੌੜੀਆਂ ਆਉਂਦੀਆਂ ਨੇ ਇੱਕਦਮ ਹੈਰਾਨ ਹੋ ਗਿਆ ਇਹਨੇ ਵੇਖਿਆ ਵੀ ਗੁਰੂ ਸਾਹਿਬ ਜੀ ਦੀ ਜਿਹੜੀ ਫੌਜ ਹੈ ਉਹ ਮਾਨੋ ਜੰਗ ਦੇ ਵਿੱਚ ਫਤਿਹ ਪ੍ਰਾਪਤ ਕਰਕੇ ਆ ਗਈ ਹੈ ਉਹ ਤਾਂ ਜਿੱਤ ਪ੍ਰਾਪਤ ਕਰਕੇ ਆ ਰਹੇ ਹਨ ਸਹਿਣ ਸਕਿਓ ਨਿਜ ਹਾਰ ਕੋ ਕਾਵ ਸੁਦ੍ਰਿੜ ਬੰਧ ਵਾਏ ਹਰੀ ਚੰਦ ਕੋਲੋਂ ਆਪਣੀਏ ਹਾਰ ਕਬੂਲ ਨਹੀਂ ਹੋਈ ਉਹਦੇ ਕੋਲੋਂ ਸਹਿਣ ਨਹੀਂ ਹੋਇਆ ਵੀ ਮੇਰੇ ਸੂਰਮੇ ਸਾਰੇ ਦੌੜੇ ਆਉਂਦੇ ਆ ਉਹਨਾਂ ਦੇ ਪਿੱਛੇ ਗੁਰੂ ਜੀ ਦੇ ਸੂਰਮੇ ਹਨ ਉਹ ਤਾਂ ਜਿੱਤ ਗਏ ਸਮਝ ਲਓ ਉਹ ਤਾਂ ਜੰਗ ਜਿੱਤ ਗਏ ਫਤਿਹ ਪ੍ਰਾਪਤ ਕਰ ਗਏ ਹਰੀ ਚੰਦ ਹੋਸ਼ ਵਿੱਚ ਆਉਂਦਾ ਜਦੋਂ ਵੇਖਦਾ ਇੱਕ ਦਾਮੇ ਦੇ ਕੋਲੇ ਬਰਦਾਸ਼ਤ ਨਹੀਂ ਹੋਇਆ ਇਹਨੇ ਆਖਿਆ ਮੇਰਾ ਜ਼ਖਮ ਕੱਸ ਕੇ ਬੰਨ ਦਿਓ ਮੈਂ ਜੰਗ ਦੇ ਮੈਦਾਨ ਵਿੱਚ ਲੜਾਂਗਾ ਰਸਾਵਲ ਚੰਦ ਹਰੀ ਚੰਦ ਜੋਦਾ ਉਠਿਓ ਫੇਰ ਕਰੋਦਾ ਹਰੀ ਚੰਦ ਜੋਦਾ ਬੜੇ ਕਰੋਧ ਵਿੱਚ ਆ ਕੇ ਵੀਰਸ ਵਿੱਚ ਆ ਕੇ ਉੱਠਿਆ ਸੰਭਾਰਿਓ ਕੋ ਡੰਡਾ ਸਰੰਗ ਸੰਦ ਛੰਡਾ ਇਹਨੇ ਆਪਣਾ ਕਠੋਰ ਤਰਖ ਪਕੜਿਆ ਤਾਨਖਦੇ ਤੰਦੀ ਤੇ ਤੀਰ ਚਾੜ ਕੇ ਛੱਡਣ ਲੱਗਾ ਨੂੰਨ ਆਨਲੀ ਨੇ ਤਜੇ ਉਹ ਜਕੀਨੇ ਔਰ ਜਿਹੜੇ ਉਹ ਖਾਨ ਤੇ ਦੇ ਸੂਰਮੇ ਭੱਜੇ ਆਉਂਦੇ ਸਨ ਉਹਨਾਂ ਨੂੰ ਹੌਸਲਾ ਦੇ ਕੇ ਨੇ ਰੋਕਿਆ ਹਰੀ ਚੰਦ ਹੁਣ ਸਤਗੁਰਾਂ ਦੇ ਸੂਰਮਿਆਂ ਦੇ ਨਿਸ਼ਾਨੇ ਤੱਕ ਕੇ ਤੀਰ ਚਲਾਉਣ ਲੱਗਾ ਬਲ ਨਾਲ ਗੁਰੂ ਬੀਰ ਮਾਰੇ ਜੋ ਅੱਗੇ ਪਧਾਰੇ ਸਤਗੁਰਾਂ ਦੇ ਸੂਰਮੇ ਜਿਹੜੇ ਅੱਗੇ ਤੱਕ ਵੱਧ ਕੇ ਆ ਗਏ ਸਾਡੇ ਨਾਲ ਵੱਲ ਪਿੱਛੇ ਉਹਨਾਂ ਦੇ ਦੌੜ ਦੇ ਦੌੜ ਦੇ ਹਰੀਚੰਦ ਨੇ ਆਪਣੇ ਤੀਰਾਂ ਨਾਲ ਮਹਾਰਾਜ ਜੀ ਦੇ ਕਈ ਸੂਰਮੇ ਮਾਰ ਬੁਕਾਏ ਜਿਸੇ ਅੰਗ ਲਾਗੇ ਤਾ ਬੇਪ੍ਰਾਨ त्याਗੇ ਤੀਰ ਅੰਦਾਜ਼ੀ ਦੀ ਵਿਦਿਆ ਵਿੱਚ ਬੜਾ ਮਾਹਰ ਸੀ ਹਰੀਚੰਦ ਜਦੋਂ ਤੀਰ ਚਲਾਉਂਦਾ ਤੱਕ ਕੇ ਜਿਸ ਵੀ ਸਿੱਖ ਨੂੰ ਮਾਰਦਾ ਉਹਦੇ ਪ੍ਰਾਣ ਕੱਢ ਲੈਂਦਾ ਜਾਂ ਉਹਨੂੰ ਜ਼ਖਮੀ ਕਰਕੇ ਸੁੱਟ ਦਿੰਦਾ। ਸੋਰੰਗ ਲੋਕ ਜਾਵੇਂ ਬਾਰੇ ਹੂਰ ਆਵੇਂ। ਹਰਿਚੰਦ ਦੇ ਚਲਾਏ ਤੀਰਾਂ ਨਾਲ ਜਦੋਂ ਮਹਾਰਾਜ ਜੀ ਦੇ ਸੂਰਮੇ ਸ਼ਹੀਦੀਆਂ ਪਾਉਂਦੇ ਆ ਉਹ ਦੇਵਪੁਰੀ ਨੂੰ ਜਾ ਬਿਰਾਜਦੇ ਹਨ। ਔਰ ਜਿਨ੍ਹਾਂ ਦੇ ਮਨਾਂ ਵਿੱਚ ਸੁਖ ਦੀ ਆਸ ਹੈ ਉਹ ਦੇਵਪੁਰੀਆਂ ਵਿੱਚ ਜਾ ਪਹੁੰਚਦੇ ਨੇ। ਹੁਣ ਹੂਰਾ ਸਰਉਨਤ ਬੇਜ ਨੂੰ ਘਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦਾ ਹੋਈਆਂ। ਕਹਿੰਦੇ ਉਹ ਆਣ ਕੇ ਇਹਨਾਂ ਨੂੰ ਵਰ ਕੇ ਬਰੰਗਣਾ ਲੈ ਜਾਂਦੀਆਂ ਹਨ ਤਉ ਵੀਰ ਪਾਰੇ ਮਾਰੇ ਨਾ ਪਿੱਛਾਰੇ ਪਰ ਫਿਰ ਵੀ ਸਤਗੁਰਾਂ ਦੇ ਯੋਧੇ ਪਿੱਛੇ ਨਹੀਂ ਪਿਹਟਦੇ ਹਰੀਚੰਦ ਤੀਰ ਮਾਰੀ ਜਾ ਰਿਹਾ ਸਿੱਖ ਯੋਧੇ ਅਨੇਕਾਂ ਸ਼ਹੀਦ ਹੋ ਰਹੇ ਨੇ ਪਰੋ ਪਿੱਛੇ ਨਹੀਂ ਮੁੜੇ ਪਿੱਛੇ ਨਹੀਂ ਹਟੇ ਫਿਰ ਵੀ ਬਹਾਦਰੀ ਨਾਲ ਲੜਦੇ ਰਹੇ ਹਲੰਘਾਲ ਕਾਲੇ ਅਗੇ ਪਾਏ ਡਾਲੇ ਹੱਲਾ ਕਰਦਿਆਂ ਹੋਇਆਂ ਆਪਣੇ ਪੈਰ ਅੱਗੇ ਵਧਾਉਂਦੇ ਆ ਰਹੇ ਹਨ ਹਰੀ ਚੰਦ ਹੀਰੇ ਸੋ ਕੋ ਪਿਓ ਕਨੇਰੇ ਹਰੀ ਚੰਦ ਬੜਾ ਗੁੱਸੇ ਵਿੱਚ ਆਇਆ ਵੀ ਮੇਰੇ ਚਲਾਏ ਤੀਰਾਂ ਕਰਕੇ ਵੀ ਇਹ ਨਹੀਂ ਪੇ ਰੁਕਦੇ ਸੰਦੇਬਾਨ ਦਉ ਕਰੇ ਓਜਸੋ ਇਹਨੇ ਦੋ ਦੋ ਤੀਰ ਤੰਦੀ ਤੇ ਚਾ ਵੜ ਕੇ ਚਲਾਣੇ ਸ਼ੁਰੂ ਕਰ ਦਿੱਤੇ ਦੋ ਦੋ ਤੀਰ ਚਲਾ ਕੇ ਮਾਰਨ ਲੱਗਾ ਮਤੇ ਇੱਕ ਬਾਰੀ ਲਗੇ ਹੋਏ ਪਾਰੀ ਕਹਿੰਦੇ ਜਦੋਂ ਦੋ ਦੋ ਤੀਰ ਚਲਾਉਂਦਾ ਹੁਣ ਉਹ ਦੋ ਦੋ ਸੂਰਮਿਆਂ ਨੂੰ ਜਾ ਕੇ ਵੱਜਦੇ ਨੇ ਜਿੰਨੂੰ ਵੱਜਦੇ ਨੇ ਤੀਰ ਪਾਰ ਜਾ ਨਿਕਲਦੇ ਨੇ ਪਟੰਗ ਹੈ ਕਿ ਕੋਰਾ ਪ੍ਰਹਾਰੇ ਸੋ ਜੋਰਾ ਇਹਦੇ ਤੀਰ ਅੱਗੇ ਭਾਵੇਂ ਕੋਈ ਸੂਰਮਾ ਆ ਜਾਏ ਤੇ ਭਾਵੇਂ ਕੋਈ ਘੋੜਾ ਆ ਜਾਏ ਉਨ ਨੂੰ ਜਾ ਕੇ ਵੱਜ ਕੇ ਤੀਰ ਪਾਰ ਜਾਰ ਨਿਕਲਦਾ ਹੈ ਤਨੰ ਫੋਰ ਦੇਤਾ ਗੀਰੇ ਜੰਗ ਖੇਤਾ ਬਹੁਤ ਸਾਰੇ ਸੂਰਮਿਆਂ ਯੋਧਿਆਂ ਦੇ ਤਾਨੇ ਨੇ ਫੋੜ ਦਿੱਤੇ ਨੇ ਰਣ ਭੂਮੀ ਚ ਯੋਧੇ ਡਿੱਗਣ ਲੱਗੇ ਨੇ ਪਵਾਰੀਆਂ ਲੈ ਕੇ ਉਠੇ ਪੈ ਨਾ ਸੋਈ ਮਹਾ ਨੀਂਦ ਸੋਈ ਜਿਹੜ ਡਿੱਗ ਪੈ ਮੁੜ ਕੇ ਨਹੀਂ ਉਠੇ ਮਾਨੋ ਜਿਵੇਂ ਸਦਾ ਦੀ ਨੀਂਦੇ ਸੌ ਗਏ ਹੁਣ ਗੁਰੂ ਹੀਰਤਾ ਕੋ ਬਡੋ ਬੀਰ ਬਾਂ ਕੋ ਗੱਲ ਕੀ ਧਰ ਨੇ ਮਹਾਰਾਜ ਜੀ ਪਹਿਲਾਂ ਹੀ ਵੇ ਕਰੇ ਜੀ ਵੀ ਕੋ ਇਹੋ ਜਿਹਾ ਸੂਰਮਾ ਹੋਵੇ ਜਿਹਦੇ ਨਾਲ ਅਸੀਂ ਭੇਡ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਆਹ ਇੱਕ ਸੂਰਮਾ ਜੂਰ ਪਹਾੜੀਆਂ ਵਿੱਚ ਨਜ਼ਰ ਆਉਂਦਾ ਜਿਹਦੇ ਜਿਹੜਾ ਸਾਡੇ ਨਾਲ ਲੜਨ ਦੇ ਲਾਇਕ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਹਰੀ ਚੰਦ ਨੂੰ ਵੇਖਿਆ ਵੀ ਇਹ ਸੂਰਮਾ ਗਏ ਤਾਂਹੇ ਆਗੇ ਜਿਸੇ ਕੋਪ ਜਾਗੇ ਪਾਤਸ਼ਾਹ ਘੋੜਾ ਲੈ ਕੇ ਆਣ ਹਰੀ ਚੰਦ ਉੱਥੇ ਅੱਜ ਕੱਲ ਗੁਰਦੁਆਰਾ ਹੈ ਤੀਰਗੜੀ ਸਾਹਿਬ ਜਿੱਥੇ ਮਹਾਰਾਜ ਜੀ ਨੇ ਹਰੀ ਚੰਦ ਨੂੰ ਮਾਰਿਆ ਕਹਿੰਦੇ ਘੋੜਾ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਆਏ ਹਰੀ ਚੰਦ ਦੇ ਅੱਗੇ ਆ ਕੇ ਖਲੋਗੇ ਹਰੀ ਚੰਦ ਨੂੰ ਵੰਗਾਰਿਆ ਹਰੀ ਚੰਦ ਦੇਖੈ ਪ੍ਰਭੂ ਜੀ ਪਰੇਖੈ ਹਰੀ ਚੰਦ ਨੇ ਵੇਖਿਆ ਕਲਗੀ ਤਰ ਪਾਤਸ਼ਾਹ ਵੱਲ ਕੱਲ ਕੀ ਧਰ ਨੇ ਰਾਜ ਹਰੀ ਚੰਦਵਲ ਤੱਕਿਆ ਸਬੇ ਤਾਨ ਬਾਨੰ ਬਲੀ ਬੀਰ ਜਵਾਨੰ ਬੜੇ ਬਲੀ ਬੀਰ ਜਵਾਨ ਉਸ ਵੇਲੇ ਤੀਰ ਚਲਾਉਣ ਲੱਗੇ ਗੁਰੂ ਔਰ ਮਾਰਾ ਮਨੋ ਆਏ ਮਾਰਾ ਹਰੀ ਚੰਦ ਨੇ ਤੀਰ ਦਾ ਨਿਸ਼ਾਨਾ ਸਿੱਧਿਆ ਔਰ ਉਹ ਤੀਰ ਕਲਗੀ ਧਰ ਦਾ ਨਿਸ਼ਾਨਾ ਲਾ ਕੇ ਚਲਾਇਆ ਉਹ ਤੀਰ ਮਹਾਰਾਜ ਜੀ ਵੱਲ ਆਇਆ ਗयो ਹੱਥ ਠਾਗਾ ਹੰ ਅੰਗ ਲਾਗਾ ਕਹਿੰਦੇ ਜਦੋਂ ਤੀਰ ਹਰੀ ਚੰਦ ਨੇ ਚਲਾਇਆ ਨਾ ਤੇ ਉਹਦਾ ਘੋੜਾ ਥੱਲੋਂ ਥੋੜਾ ਜਿਹਾ ਹਿੱਲ ਗਿਆ ਤੇ ਹਾਥੇ ਲਗਿਆ ਹਰੀ ਚੰਦ ਦਾ ਜਦੋਂ ਹੱਥ ਲਿਆ ਤੇ ਉਹ ਤੀਰ ਮਹਾਰਾਜ ਜੀ ਦੇ ਲੱਗਣ ਦੀ ਬਜਾਏ ਸਤਗੁਰਾਂ ਦੇ ਘੋੜੇ ਨੂੰ ਜ਼ਖਮੀ ਕਰ ਗਿਆ। ਕਚੂ ਕਾਵ ਥੋਰਾ ਪ੍ਰਭੂ ਕੇਰ ਕੋਰਾ। ਮਹਾਰਾਜ ਜੀ ਦੇ ਘੋੜੇ ਨੂੰ ਥੋੜਾ ਜਿਹਾ ਜ਼ਖਮ, ਜ਼ਿਆਦਾ ਜ਼ਖਮ ਨਹੀਂ ਲੱਗਾ। ਉਸ ਤੀਰ ਨਾਲ ਥੋੜਾ ਜਿਹਾ ਜ਼ਖਮ ਮਹਾਰਾਜ ਜੀ ਦੇ ਘੋੜੇ ਨੂੰ ਹੋਇਆ। ਮਹਾਰਾਜ ਜੀ ਨੇ ਵੇਖਿਆ। ਤਿਮੰ ਬੇਗ ਧਾਰੇ ਸੋ ਪੀਰਾ ਸਹਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਹ ਆਪਣੇ ਘੋੜੇ ਨੂੰ ਹੌਸਲਾ ਦਿੱਤਾ ਮਨੋ ਉਹਦੇ ਸਿਰ ਤੇ ਹੱਥ ਰੱਖ ਕੇ ਉਸ ਪੀੜਾ ਨੂੰ ਘੋੜੇ ਨੇ ਸਹਾਰ ਲਿਆ ਰਿਸੀਓ ਸੈਲ ਰਾਜਾ ਸਰਿਓ ਨਾਹੀਂ ਕਾਜਾ ਹਰੀ ਚੰਦ ਬੜਾ ਗੁੱਸੇ ਚ ਆਇਆ ਵੀ ਮੇਰਾ ਤੀਰ ਨਿਸ਼ਫਲ ਚਲਾ ਗਿਆ ਘੋੜਾ ਵੀ ਨਹੀਂ ਮਰਿਆ ਉਹ ਕੇਵਲ ਜ਼ਖਮੀ ਹੋਇਆ ਇਹ ਅੱਗੇ ਨਾਲੋਂ ਦੁੱਗਣੇ ਰੋਸ ਵਿੱਚ ਆਇਆ ਇਹਨੇ ਦੂਜਾ ਤੀਰ ਸੰਭਾਲਿਆ ਲਇਓ ਬਾਨ ਆਨਾ ਸੋਚਾਂ ਪੰਸਾਧਾਨਾ ਰਾਜੇ ਹਰੀਚੰਦ ਹੰਡੂਰੀਏ ਨੇ ਉਸ ਵੇਲੇ ਦੂਜਾ ਤੀਰ ਕੱਢਿਆ ਉਹਨੂੰ ਆਪਣੀ ਕਮਾਨ ਦੀ ਤੰਦੀ ਤੇ ਚਾੜਿਆ ਗੁਰੂ ਵੀਰ ਭਾਰੀ ਨਿਹਾਰੇ ਆਗਾਰੀ ਸਤਿਗੁਰੂ ਮਹਾਨ ਵੀਰ ਯੋਧੇ ਨੇ ਮਹਾਰਾਜ ਜੀ ਨੇ ਹੱਲੇ ਸਾਹਮਣੇ ਪਾਤਸ਼ਾਹ ਖਲੋਤੇ ਵੇਖਦੇ ਨੇ ਵੇਖਦੇ ਨੇ ਰਾਜਾ ਹਰੀਚੰਦ ਕਿਵੇਂ ਤੀਰ ਚਲਾਉਂਦਾ ਬਣਾਏ ਨਿਸ਼ਾਨਾ ਤਜ ਹੋ ਤੀਖ ਬਾਨ ਇਹਨੇ ਸਤਗੁਰਾਂ ਦਾ ਨਿਸ਼ਾਨਾ ਨਿਸ਼ਿਸ਼ਤ ਬੰਨੀਆ ਪੂਰੀ ਨਿਸ਼ਾਨਾ ਸਿੱਧਿਆ ਔਰ ਉਸ ਵਕਤ ਮਹਾਰਾਜ ਜੀ ਦੇ ਉੱਤੇ ਤੀਰ ਚਲਾਇਆ ਗਇਓ ਹੱਥ ਹਾਲੀ ਪਇਓ ਵਾਰ ਖਾਲੀ ਦੂਜੀ ਵਾਰ ਫੇਰ ਇਹਦਾ ਹੱਥ ਹਿੱਲ ਗਿਆ ਔਰੋ ਤੀਰ ਖਾਲੀ ਨਿਕਲ ਗਿਆ ਛੁਇਓ ਸ਼੍ਰੋਣ ਸੰਗਾ ਪਰਿਓ ਸੁਖ ਤੰਗਾ ਮਹਾਰਾਜ ਜੀ ਦਾ ਜਿਹੜਾ ਕੰਨ ਹੈ ਨਾ ਕੰਨ ਦੇ ਕੋਲੋਂ ਛੂ ਕੇ ਨਿਕਲ ਗਿਆ ਉਹ ਤੀਰ ਪਾਰਲੇ ਪਾਸੇ ਤੇ ਜਮੀਨ ਤੇ ਡਿੱਗ ਪਿਆ ਇਹਦਾ ਜ਼ਿਕਰ ਗੁਰਦੇਵ ਨੇ ਆਪਣੀ ਬਾਣੀ ਵਿੱਚ ਤਰਨਾਟਕ ਵਿੱਚ ਕੀਤਾ ਕਹਿੰਦੇ ਮਹਾਰਾਜ ਜੀ ਦੇ ਹਰੀ ਚੰਦ ਮਾਰੇ ਸੋ ਜੋਦਾ ਲਤਾਰੇ ਕਰੰਗ ਲੈ ਕਮਾਨ ਹਨੰਗ ਬਾਣ ਤਾਣ ਕਹਿੰਦੇ ਹੱਥ ਵਿੱਚ ਕਮਾਨ ਲੈ ਕੇ ਬੜੀ ਬਹਾਦਰੀ ਨਾਲ ਤੀਰ ਚਲਾਇਆ ਪਹਿਲਾ ਤੀਰ ਚਲਾਇਆ ਘੋੜਾ ਜ਼ਖਮੀ ਹੋਇਆ ਦੂਜਾ ਤੀਰ ਚਲਾਇਆ ਹੱਥ ਹਿੱਲਿਆ ਮਹਾਰਾਜ ਜੀ ਦੇ ਕੰਨ ਦੇ ਨਾਲੋਂ ਛੂ ਕੇ ਤੀਰ ਨਿਕਲ ਗਿਆ ਓ ਚੂਕਾਵ ਹੋ ਵਾਲੋ ਹੂ ਬ੍ਰਿੰਦ ਜੋਵਾ ਕਹਿੰਦੇ ਕੰਨ ਤੇ ਜਿਵੇਂ ਮਾੜੀ ਜੀ ਚਰੇਂਟ ਜਿਹੀ ਨਹੀਂ ਲੱਗਦੀ ਉਹ ਮਹਾਰਾਜ ਜੀ ਦੇ ਕੰਨ ਨੂੰ ਲੱਗੀ ਤੇ ਥੋੜੀ ਜੀ ਲਹੂ ਦੀ ਇੱਕ ਬੂੰਦ ਉਹ ਮਹਾਰਾਜ ਜੀ ਦੇ ਕੰਨ ਚੋਂ ਸਿਮੀ ਹਰੀ ਚੰਦ 헤ਰੇ ਬਿਸਮਿਉ ਕਨੇਰੇ ਹਰੀ ਚੰਦ ਵੇਖਦਾ ਤੇ ਹੈਰਾਨ ਹੋ ਰਿਹਾ ਵੀ ਮੇਰਾ ਦੂਜਾ ਤੀਰ ਇਹਦਾ ਕਦੇ ਕੋਈ ਤੀਰ ਨਿਸ਼ਾਨੇ ਤੋਂ ਬਿਨਾ ਨਿਕਲਿਆ ਹੀ ਨਹੀਂ ਸੀ ਕਹਿੰਦਾ ਮੇਰਾ ਦੂਜਾ ਤੀਰ ਵੀ નિਸ਼ਫਲ ਚਲਾ ਗਿਆ ਲਾਗੇ ਤੀਰੇ ਨਾਈ ਪਾਇਓ ਮੋਹਕਾਈ ਕਹਿੰਦਾ ਮੈਨੂੰ ਹੋ ਕੀ ਗਿਆ ਮੇਰਾ ਤੀਰ ਲੱਗ ਕਿਉਂ ਨਹੀਂ ਰਿਹਾ ਇਹਨਾਂ ਦੇ ਪਹਿਲਾ ਤੀਰ ਵੀ ਨਿਸ਼ਫਲ ਦੂਜਾ ਵੀ ਨਿਸ਼ਫਲ ਚਲਾ ਗਿਆ ਤੁਰੰਗੇ ਨਾ ਮਾਰਾ ਨਾ ਸ਼ਤਰੂ ਸੰਘਾਰਾ ਇਹਨਾਂ ਨੂੰ ਤਾਂ ਗੁਰੂ ਜੀ ਨੂੰ ਤਾਂ ਕੀ ਮਾਰਨਾ ਸੁਨਾਂ ਦਾ ਕੋੜਾ ਵੀ ਨਹੀਂ ਮਾਰ ਸਕਿਆ ਮੈਂ ਕਹਿੰਦੇ ਨਾ ਗੁਰੂ ਜੀ ਮਾਰੇ ਜਾ ਸਕੇ ਨੇ ਮੇਰੇ ਕੋਲ ਜੋ ਵਿਦਿਆ ਕਮਾਈ ਨਹੀਂ ਕਾਮਯਾਈ ਜਿਹੜੀ ਮੈਂ ਵਿਦਿਆ ਕਮਾਈ ਆ ਤੀਰ ਅੰਦਾਜ਼ੀ ਦੀ ਉਹ ਮੇਰੀ ਇੱਥੇ ਕੰਮ ਕਿਉਂ ਨਹੀਂ ਪਈ ਆਉਂਦੀ ਮਾਨੋ ਜਿਵੇਂ ਮੇਰੀ ਵਿਦਿਆ ਦੇ ਉੱਤੇ ਕਿਸੇ ਨੇ ਆ ਕੇ ਅੰਕੁਸ਼ ਲਾ ਦਿੱਤਾ ਹੋਵੇ ਗੁਰੂ ਸਾਵਧਾਨਾ ਅਡੋਲੰਗ ਨਿਸ਼ਾਨਾ ਹਾਲਾਂਕਿ ਸਤਗੁਰੂ ਜੀ ਹਿੱਲੇ ਵੀ ਨਹੀਂ ਆਪਣੀ ਜਗ੍ਹਾ ਤੋਂ ਉਹ ਤਾਂ ਢੋਲ ਇੱਕ ਜਗ੍ਹਾ ਤੇ ਖਲੋਤੇ ਰਹੇ ਮੇਰਾ ਹੀ ਤੀਰ ਉਹਨਾਂ ਨੂੰ ਜਾ ਕੇ ਨਹੀਂ ਵੱਜਾ ਬੜਾ ਹੈਰਾਨ ਹੋ ਰਿਹਾ ਵੀ ਢੋਲ ਖਲੋਤੇ ਨੇ ਸਾਵਧਾਨ ਹੋ ਕੇ ਖਲੋਤੇ ਨੇ ਉਹ ਆਪਣੀ ਜਗ੍ਹਾ ਤੋਂ ਇਧਰ ਉਧਰ ਨਹੀਂ ਹੋਏ ਪਰ ਮੇਰਾ ਤੀਰ ਫਿਰ ਵੀ ਉਹਨਾਂ ਦੇ ਉੱਤੇ ਜਾ ਕੇ ਨਹੀਂ ਲੱਗਾ ਕਉ ਮੈਂ ਨਾ ਹਾਨਾ ਰਿਓ ਤਾਰ ਪ੍ਰਾਨਾ ਕਹਿੰਦੇ ਫਿਰ ਵੀ ਮੈਂ ਨਹੀਂ ਮਾਰ ਸਕਿਆ ਦੋ ਵੇਰੀ ਉਹ ਮੇਰੇ ਸਾਹਮਣੇ ਖਲੋਤੇ ਰਹੇ ਤੀਰ ਮਾਰੇ ਮੇਰਾ ਹੱਥ ਹਿੱਲਦਾ ਰਿਹਾ ਉਹ ਨਹੀਂ ਹਿੱਲੇ ਮੈਂ ਉਹਨਾਂ ਨੂੰ ਨਹੀਂ ਮਾਰ ਸਕਿਆ ਨੀਚਾਰ ਹੈ ਉਦਾਰਾ ਮਨੋ ਜੁਦ ਹਾਰਾ ਸੋਚਦਾ ਮਾ ਨਹੀਂ ਮਾਨੇ ਹੋ ਕੀ ਗਿਆ ਮਾਨੋ ਜਿਵੇਂ ਹਰੀ ਚੰਦ ਨੂੰ ਸੁਝ ਗਿਆ ਵੀ ਇਹ ਜੰਗ ਮੈਂ ਹਾਰ ਚੁੱਕਾ ਹਾਂ ਇਹ ਜੰਗ ਸਾਡੀ ਹਾਰ ਵਾਲੇ ਪਾਸੇ ਜਾ ਚੁੱਕੀ ਐ ਇਹ ਸੋਝੀ ਹਰੀ ਚੰਦ ਨੂੰ ਹੋ ਰਹੀ ਐ ਪੁਨੰ ਦੇਖ ਨੈ ਨਾ ਲਾਇਓ ਬਾਂ ਬਾਨ ਪੈਨਾ ਇਹਨੇ ਫੇਰ ਉਸ ਵੇਲੇ ਮਹਾਰਾਜ ਜੀ ਵੱਲ ਨੇਤਰ ਨੇਤਰ ਕੀਤੇ ਨੇ ਔਰ ਤੀਜਾ ਬਾਣ ਤੀਜਾ ਤਿੱਖਾ ਤੀਰ ਲਿਆ ਲੱਗਿਓ ਬੀਚ ਛਾਤੀ ਲਾਗੇ ਪ੍ਰਾਨ ਕਾਤੀ ਇਹਨੇ ਤੀਜਾ ਤੀਰ ਮਹਾਰਾਜ ਜੀ ਦੀ ਛਾਤੀ ਦਾ ਨਿਸ਼ਾਨਾ ਲਾ ਕੇ ਛਾਤੀ ਦੀ ਸੇਧ ਲਾ ਕੇ ਉਸ ਵੇਲੇ ਤੀਰ ਚਲਾਇਆ ਹਰਿਓ ਉਹ ਜੇ ਛੋਰਾ ਚਲਿਓ ਸ਼ੂਕ ਕੇਰਾ ਇਹਨੇ ਬਲ ਨਾਲ ਤੀਰ ਚਲਾਇਆ ਵੀ ਇਹਦੀ ਇੱਛਾ ਸੀ ਵੀ ਇਸ ਤੀਰ ਨਾਲ ਮੈਂ ਇਹਨਾਂ ਦੇ ਪ੍ਰਾਣ ਕੱਢ ਲਵਾਂ ਕਹਿੰਦੇ ਬੜਾ ਸ਼ੌਂਕਦਾ ਹੋਇਆ ਤੀਰ ਹਰੀ ਚੰਦ ਦਾ ਚੱਲ ਕੇ ਆਇਆ ਪੂਤੀ ਬੰਦ ਪੇਟੀ ਚੋਂ ਹੂੰ ਔਰ ਲਪੇਟੀ ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਦੇ ਨਾਲ ਇੱਕ ਚਮੜੇ ਦੀ ਲਪੇ ਪੇਟੀ ਲਪੇਟੀ ਹੋਈ ਸੀ ਚਾਰੇ ਪਾਸੇ ਪੇਟ ਦੇ ਉਹਦਾ ਪੇਟੀ ਦਾ ਮਨੋ ਜਿਵੇਂ ਕਮਰ ਕੱਸਾ ਲਾਇਆ ਹੋਇਆ ਸੀ ਸਰੰਗ ਅੰਗ ਕਾਤੀ ਲਗਿਓ ਬੀਚ ਛਾਤੀ ਕਹਿੰਦੇ ਉਸ ਵੇਲੇ ਉਹ ਜਿਹੜਾ ਤੀਰ ਸੀ ਚੱਲ ਕੇ ਉਸ ਪੇਟੀ ਦੇ ਕੋਲ ਆਇਆ ਤਾਹਾਂ ਦਵਾਲ ਪਾਥਾ ਸੋ ਪੇਟੀ ਕੇ ਸਾਥਾ ਮਹਾਰਾਜ ਜੀ ਦਾ ਜਿਹੜਾ ਤੀਰਾਂ ਦੇ ਪੱਥੇ ਦੀ ਪੇਟੀ ਹੁੰਦੀ ਹੈ ਉਹ ਮਹਾਰਾਜ ਜੀ ਦੇ ਕਹਿੰਦੇ ਪੇਟ ਦੇ ਨਾਲ ਹੀ ਉਹ ਛਾਤੀ ਦੇ ਨਾਲ ਲਪੇਟੀ ਹੋਈ ਹੈ ਗਯੋ ਬੇਦ ਦਉ ਚੁਬਿਓ ਚਰਮ ਸੋ ਕਹਿੰਦੇ ਤੀਰ ਵੇਖੋ ਕਿੰਨੀ ਤੇਜ਼ੀ ਨਾਲ ਆਇਆ ਹੋਵੇਗਾ ਦੋ ਪੇਟੀਆਂ ਨੇ ਚਮੜੇ ਦੀਆਂ ਇੱਕ ਥੱਲੇ ਮਹਾਰਾਜ ਜੀ ਨੇ ਲਾਈ ਹੋਈ ਉੱਪਰਲੇ ਪਾਸੇ ਜਿਹੜੀ ਤੀਰਾਂ ਦੇ ਪੱਥੇ ਦੀ ਪੇਟੀ ਹੁੰਦੀ ਆ ਉਹ ਵੀ ਉਹਨਾਂ ਦੋਨਾਂ ਪੇਟੀਆਂ ਨੂੰ ਉਹ ਤੀਰ ਚੀਰ ਕੇ ਅੰਦਰ ਚਲਾ ਗਿਆ ਗੁਰੂ ਕਾਢ ਗੇਰਾ ਕਯੋ ਤਾਂਹੇ 베ਰਾ ਤੇ ਕਹਿੰਦੇ ਉਹ ਪਾਤਸ਼ਾਹ ਦੇ ਪੇਟ ਦੇ ਵਿੱਚ ਨਾ ਥੋੜੀ ਜੀ ਤੀਰ ਦੀ ਜਿਹੜੀ ਚੁੰਝ ਹੁੰਦੀ ਹੈ ਅਗਲੇ ਬੁਖੇ ਉਹ ਮਹਾਰਾਜ ਜੀ ਦੇ ਪੇਟ ਦੇ ਵਿੱਚ ਵੱਜੀ ਉਸ ਵਕਤ ਉਹ ਖਿੱਚ ਕੇ ਤੀਰ ਮਹਾਰਾਜ ਜੀ ਨੇ ਜੰਗ ਦੇ ਮੈਦਾਨ 'ਚ ਸੁੱਟ ਦਿਆਂ ਹਰੀ ਚੰਦ ਨੂੰ ਵੰਗਾਰ ਕੇ ਬੋਲੇ ਕਹਿਣ ਲੱਗੇ ਦੋਹਰਾ ਸਾਦ ਸਾਦ ਬਲ ਤੋਹੇ ਕੋ ਜਿਸ ਪਰ ਤਰਤ ਗੁਮਾਨ ਮਹਾਰਾਜ ਕਹਿੰਦੇ ਓ ਸਵਾਸ਼ ਤੇਰੇ ਸਵਾਸ਼ ਆ ਬਾਲਾ ਤੇਰਾ ਤੂੰ ਇਹਦੇ ਤੇ ਮਾਣ ਕਰਦਾ ਆਪਣੀ ਬਹਾਦਰੀ ਤੇ ਇਹਦਾ ਹੰਕਾਰ ਕਰਦਾ ਵਿਦਿਆ ਸਿੱਖੀ ਇਤ ਕਾਈ ਕਹਾ ਓ ਜਤ ਜਬਾਨ ਕਹਿੰਦੇ ਸਨ ਵੀ ਤੂੰ ਬੜੀ ਵਿਦਿਆ ਸਿੱਖੀ ਆ ਤੀਰ ਚਲਾਉਣ ਦੀ ਕਿੱਥੇ ਗਈ ਵੀ ਤੇਰੀ ਵਿਦਿਆ ਹੁਣ ਤੇਰੇ ਤੀਰ ਚਲਾਉਣ ਦੀ ਵਿੱਦਿਆ ਕਿੱਥੇ ਚਲੀ ਗਈ ਤੀਰ ਮਾਰਦਾ ਕਿੱਧਰ ਹੈ ਜਾਂਦੇ ਕਿੱਧਰ ਹਨ ਛਤਰੂ ਹਤਨ ਤੋਂ ਕਿੱਥੇ ਰਿਓ ਕਾਵ ਤਨਕ ਨੇ ਪਾਏ ਤੂੰ ਆਪਣੇ ਦੁਸ਼ਮਣ ਨੂੰ ਆਪਣੇ ਤੀਰਾਂ ਨਾਲ ਮਾਰਨਾ ਤਾਂ ਕਿਤੇ ਸੀ ਤੂੰ ਤਾਂ ਥੋੜਾ ਜਿੰਨਾ ਜ਼ਖਮ ਵੀ ਨਹੀਂ ਦੇ ਸਕਿਆ ਕਹਾ ਕਰੇ ਵਿਸਵਾਸ ਕੋ ਲਿਓ ਵਿਜੇ ਕਰ ਆਏ ਐ ਹਰੀ ਚੰਦ ਤੂੰ ਕਿਸ ਵਿਦਿਆ ਦਾ ਵਿਸ਼ਵਾਸ ਕਰਕੇ ਆਇਆ ਸੀ ਕਿਸ ਵਿਦਿਆ ਦਾ ਵਿਸ਼ਵਾਸ ਕਰਕੇ ਆਇਆ ਸੀ ਵੀ ਮੈਂ ਜਿੱਤ ਕੇ ਘਰ ਵਾਪਸ ਪਰਤਾਂਗਾ ਆ ਵਿਦਿਆ ਆ تیر ਚਲਾਉਣ ਦੇ ਉੱਤੇ ਭਰੋਸਾ ਰੱਖ ਕੇ ਤੂੰ ਜਿੱਤ ਦੀ ਆਸ ਰੱਖ ਕੇ ਘਰ ਪਰਤਣਾ ਚਾਹਣਾ ਤੀਨ ਵਾਰ ਤੈਂ ਕਰ ਚੁੱਕਿਓ ਅਬ ਦੇਹੋ ਮੇਰੋ ਵਾਰ ਮਹਾਰਾਜ ਕਹਿੰਦੇ ਹਰੀ ਚੰਦ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਤੈਨੂੰ ਅਸੀਂ ਕਰਨ ਦਾ ਮੌਕਾ ਦਿੱਤਾ ਤਿੰਨ ਵਾਰ ਤੂੰ ਕਰ ਹਟਿਆ ਹੁਣ ਸਾਡਾ ਵਾਰ ਵੀ ਦੇ ਹਾਲਾਂਕਿ ਨਿਯਮ ਇਹ ਕਹਿੰਦਾ ਪਹਿਲੇ ਤੇਰੇ ਵਾਰ ਤੋਂ ਬਾਅਦ ਦੂਜੀ ਸਾਡੀ ਵਾਰੀ ਸੀ ਪਰ ਅਸੀਂ ਤੇਰਾ ਦੂਜਾ ਵਾਰ ਵੀ ਵੇਖਿਆ ਤੀਜਾ ਵੀ ਵੇਖ ਲਿਆ ਤੇ ਤਿੰਨ ਹੀ ਵੇਖੀਦੇ ਨੇ ਫਿਰ ਗੁਰੂ ਘਰ ਵਿੱਚ ਤੇ ਕਹਿੰਦੇ ਹੁਣ ਸਾਡਾ ਵਾਰ ਕਰਨ ਦਾ ਵੇਲਾ ਹੈ ਹੁਣ ਸਾਡਾ ਵਾਰ ਦੇ ਕੇ ਜਾਈਂ ਦੇਖੋ ਵਿਦਿਆ ਤਨੁਖ ਕੀ ਜਿਮ ਪਟ ਕਰੇ ਉਚਾਰ ਹਰੀ ਚੰਦ ਤੈਨੂੰ ਅਸੀਂ ਆਪਣਾ ਤੀਰ ਚਲਾ ਕੇ ਵਿਖਾਉਨੇ ਆ ਤੇ ਦੱਸਦਿਆਂ ਵੀ ਤੀਰ ਐਦਾ ਚਲਾਈਦਾ ਹੈ। ਔਰ ਜਿਹਨੂੰ ਤੀਰ ਚਲਾਉਣਾ ਕਹਿੰਦੇ ਨੇ ਸੂਰਮੇ ਹਾਂ ਵੀ ਐਦਾ ਚਲਾਈਦਾ ਤੀਰ ਉਹ ਹੁਣ ਤੈਨੂੰ ਅਸੀਂ ਵਿਦਿਆ ਬਖਾਵਾਂਗੇ ਤੀਰ ਚਲਾਉਣ ਦੀ। ਲੱਗਿਓ ਬਾਣ ਕਾਡਿਓ ਜਬੈ ਨਿਕਸੀ ਸ਼੍ਰੌਣ ਤਬੂਂਦ। ਕਹਿੰਦੇ ਮਹਾਰਾਜ ਜੀ ਦੀ ਪੇਟੀ 'ਚ ਲੱਗਾ ਤੀਰ ਜਿਹੜਾ ਸੀ ਨਾ ਹਰੀ ਚੰਦਾ ਮਹਾਰਾਜ ਜੀ ਨੇ ਖਿੱਚ ਕੇ ਕੱਢਿਆ ਤੇ ਸ਼੍ਰੌਣ ਦੇ ਕਹਿੰਦੇ ਇੱਕ ਮਹਾਰਾਜ ਜੀ ਦੇ ਖੂਨ ਦੀ ਥੋੜੀ ਜਿਹੀ ਤਤੇਰੀ ਉਹ ਪੇਟ ਦੇ ਵਿੱਚੋਂ ਕੁਕੁੱਪਰਲੇ ਪਾਸੋਂ ਚਮੜੀ ਚੀਰੀ ਗਈ ਸੀ ਉਹ ਨਿਕਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰਖੇ ਹਿਰਦੈ ਬਲੰਦ ਤੇ ਆਪਣੇ ਸਰੀਰ ਤੇ ਜ਼ਖਮ ਵੇਖ ਕੇ ਮਹਾਰਾਜ ਬੜੇ ਖੁਸ਼ ਹੋਏ ਚਾ ਚੜ ਗਿਆ ਕਿ ਸਾਡਾ ਸਰੀਰ ਪਵਿੱਤਰ ਹੋ ਗਿਆ ਸ਼ਸਤਰ ਦੇ ਨਾਲ ਕਹਿੰਦੇ ਉਸ ਵਕਤ ਮਹਾਰਾਜ ਜੀ ਬੜੇ ਰਸ ਵਿੱਚ ਆਏ ਖੇੜੇ ਵਿੱਚ ਆਏ ਛਤਰੀ ਧਰਮ ਕੋ ਤਾਰ ਕੈ ਪੈ ਨਾ ਕਰੇ ਬਰ ਬੀਰ ਜਿਹੜਾ ਛਤਰੀ ਧਰਮ ਦੀ ਧਾਰਨਾ ਕਰਦਾ ਉਹ ਯੋਧਾ ਜੰਗ ਦੇ ਮੈਦਾਨ ਵਿੱਚ ਵੀਰ ਯੋਧੇ ਪੈ ਨਹੀਂ ਮੰਨਦੇ ਪੈ ਨਹੀਂ ਕਰਦੇ ਪੁਨ ਰਿਪਸਨ ਮੁਖ ਦੇਖ ਕੇ ਖਰੋ ਖੇਤ ਤਰ ਤੀਰ ਮਹਾਰਾਜ ਜੀ ਨੇ ਵੇਖਿਆ ਹਰੀ ਚੰਦ ਖੜਾ ਤੇ ਧੀਰਜ ਨਾਲ ਖੜਾ ਕਾਇਰ ਬਣ ਕੇ ਨਹੀਂ ਖਲੋਤਾ ਉਹ ਵੀ ਬੜੇ ਠਰਮੇ ਦੇ ਨਾਲ ਖਲੋਤਾ ਹੋਇਆ ਜੇ ਕਾਇਰ ਬਣ ਕੇ ਕੰਬਦਾ ਜਾ ਫਿਰ ਪਾਤਸ਼ਾਹ ਨੇ ਇਹਦੇ ਤੇ ਤੀਰ ਨਹੀਂ ਸੀ ਚਲਾਉਣਾ ਹੌਸਲਾ ਕਰਕੇ ਧੀਰਜ ਦੇ ਨਾਲ ਖਲੋਤਾ ਮਹਾਰਾਜ ਜੀ ਨੇ ਵੇਖਿਆ ਸਰਸਵਲ ਚੰਦ ਜਬੇ ਬਾਨ ਲਾਗਿਓ ਪੀਖੇ ਕੋਪ ਜਾਗਿਓ ਜਦੋਂ ਬਾਣ ਲੱਗਾ ਮਹਾਰਾਜ ਰੋਸ ਵਿੱਚ ਆਏ ਲੈ ਓ ਚਾਂਪੀ ਆਪੂ ਮਹਾ ਸ਼ਤ్రੂ ਖਾਪੂ ਗੁਰਦੇਵ ਨੇ ਹੱਥ ਵਿੱਚ ਆਪਣਾ ਧਨਕ ਸੰਭਾਲਿਆ ਤੇ ਤਿੱਖਾ ਤੀਰ ਕੱਢਿਆ ਹੈ ਕੱਢਿਓ ਤੀਰ ਤਿੱਖਾ ਜੋ ਸਾਪੰਸਰੀ ਕਾ ਕਹਿੰਦੇ ਉੱਡਣੇ ਸੱਪ ਦੇ ਸਮਾਨ ਤਿੱਖਾ ਤੀਰ ਮਹਾਰਾਜ ਜੀ ਦੇ ਹੱਥ ਵਿੱਚ ਗੁਨੰ ਜੋਰ ਤਾ ਨਾ ਲਗਿਓ ਪਾਨ ਕਾਨਾ ਪਾਤਸ਼ਾਹ ਨੇ ਤੰਦੀ ਤੇ ਚਾੜ ਕੇ ਜਦੋਂ ਉਹਦੀ ਚੁਟਕੀ ਪਕੜ ਕੇ ਬਾਗੜ ਨੂੰ ਖਿੱਚਿਆ ਤੇ ਹੱਥ ਪਿਛਲੇ ਪਾਸੇ ਕੰਨ ਨੂੰ ਜਾ ਵਜਾ ਹਰੀ ਚੰਦ ਹੀਰਾ ਨਿਸ਼ਾਨੋਂ ਬਡੇਰਾ ਸਾਹਮਣੇ ਹਰੀ ਚੰਦ ਨੂੰ ਵੇਖਿਆ ਉਹਦਾ ਵੱਡਾ ਨਿਸ਼ਾਨਾ ਲਾਇਆ ਹਰੀ ਦੇ ਤਾਕ ਆਚੇ ਰੀਪੂ ਨਾਸ਼ ਬਾਚੇ ਮਹਾਰਾਜ ਜੀ ਨੇ ਉਹਦਾ ਜਿਹੜਾ ਕਲੇਜੇ ਵਾਲੀ ਥਾਂ ਸੀ ਨਾ ਦਿਲ ਵਾਲੀ ਥਾਂ ਉਹਦਾ ਨਿਸ਼ਾਨਾ ਲਾ ਕੇ ਤੀਰ ਚਲਾਇਆ ਜਸਿਓ ਸ਼ਿਗਰਤਾਰੀ ਗयो ਬੇਗ ਪਾਰੀ ਬੜੇ ਵੇਗ ਨਾਲ ਬੜੀ ਤੇਜ਼ੀ ਨਾਲ ਕਹਿੰਦੇ ਉਹ ਤੀਰ ਉੱਡ ਕੇ ਗਿਆ ਦਸਿਓ ਨਾਗ ਮਾਨੋ ਗਿਰੋ ਪ੍ਰਾਨ ਹਾਨੋ ਕਹਿੰਦੇ ਜਾ ਕੇ ਰਾਜੇ ਹਰੀ ਚੰਦ ਦਾ ਜਿਹੜਾ ਦਿਲ ਵਾਲਾ ਥਾਂ ਸੀ ਨਾ ਹਿਰਦੇ ਚ ਉੱਥੇ ਜਾ ਕੇ ਉਹ ਤੀਰ ਵੱਜਾ ਮਾਨੋ ਜਿਵੇਂ ਸੱਪ ਨੇ ਡੰਗਿਆ ਹੋਵੇ ਵੱਜ ਕੇ ਤੀਰ ਇੱਕ ਵਾਰੀ ਪਾਰਲੇ ਪਾਸੇ ਜਾ ਨਿਕਲਿਆ ਹਰੀ ਔਰ ਰਾਜਾ ਹਰੀਚੰਦ ਢੰਮ ਦੇ ਕੇ ਜ਼ਮੀਨ ਤੇ ਡੱਗਾ ਰੀਤਾ ਫੋਰ ਪਾਰਾ ਪਰਿਓ ਜਾਏ ਨਿਆਰਾ ਇਹਦੇ ਦਿਲ ਵਾਲੀ ਖਿਰਦੇ ਵਾਲੀ ਥਾਂ ਨੂੰ ਚੀਰ ਕੇ ਤੀਰ ਪਾਰ ਜਾ ਨਿਕਲਿਆ ਤਾਰੂ ਜੋਂ ਪੁਰਾਣਾ ਮਨੋਂ ਬਾਈਉਹਾਨਾ ਹਰੀਚੰਦ ਦਾ ਜ਼ਮੀਨ ਤੇ ਡੱਗਾ ਜਿਵੇਂ ਕੋਈ ਪੁਰਾਣਾ ਜਾਂ ਦਰਖਤ ਹੁੰਦਾ ਨਾ ਹਨੇਰੀ ਦੇ ਆਉਂਦਿਆਂ ਢੰਮ ਦੇ ਕੇ ਜਿਹਦੀ ਜੜ ਪੋਲੀ ਹੋਵੇ ਤੇ ਡਿੱਗ ਪੈਂਦਾ ਇਦਾਂ ਹਰੀਚੰਦ ਰਣਭੂਮੀ ਵਿੱਚ ਡੱਗਾ ਸਤਗੁਰਾਂ ਦੇ ਤੀਰ ਨਾਲ ਪਿੱਖਿਓ ਦੋਨ ਓਰਾ ਕਰਿਓ ਪੂਰ ਸ਼ੋਰਾ ਦੋਆ ਪਾਸੇ ਸੂਰਮਿਆਂ ਦੇ ਯੋਧੇ ਵੇਖ ਰਹੇ ਨੇ ਔਰ ਬੜਾ ਭਿਆਨਕ ਸ਼ੋਰ ਬਚਿਆ ਹੋਇਆ ਪਟੰਘੇਲ ਕਾਲਾ ਪਠਾਨੇ ਵੀਸਾਲਾ ਜੀ ਦੇ ਸੂਰਮਿਆਂ ਨੇ ਜ਼ੋਰ ਦਾ ਹੱਲਾ ਕੀਤਾ ਹਰੀ ਚੰਦ ਦੀ ਰੁਕਾਵਟ ਬਣਦਾ ਸੀ ਉਹਨੂੰ ਜਦੋਂ ਮਾਰ ਘਤਿਆ ਤੇ ਜਿਹੜੇ ਪਠਾਨ ਸਨ ਉਹਨਾਂ ਤੇ ਹੱਲਾ ਹੋਇਆ ਗੁਰੂ ਬਾਨ ਮਾਰੇ ਅਨੇਕੈ ਸੰਘਾਰੇ ਪਾਤਸ਼ਾਹ ਹੁਣ ਤੀਰ ਚਲਾ ਕੇ ਹੋਰ ਵਿਦਿਆ ਵਿਖਾਉਂਦੇ ਐ ਹੁਣ ਮਹਾਰਾਜ ਕਿਹੜੀ ਵਿਦਿਆ ਵਿਖਾਉਂਦੇ ਐ ਕਹਿੰਦੇ ਤੀਰ ਮਾਰਦੇ ਨੇ ਨਿਸ਼ਾਨਾ ਲਾ ਕੇ ਇੱਕ ਦੀ ਛਾਤੀ ਨੂੰ ਵਿੰਨ ਕੇ ਉਹ ਤੀਰ ਦੂਜੇ ਦੀ ਛਾਤੀ ਨੂੰ ਵਿੰਨ ਕੇ ਪਾਰ ਨਿਕਲ ਲੈਂਦਾ ਐ ਫਿਰ ਤੀਜੇ ਚੌਥੇ ਪੰਜਵੇਂ ਇੱਕ ਤੀਰ ਨਾਲ 10 ਦਸਾਂ ਨੂੰ ਛਾਤੀਆਂ ਨੂੰ ਵਿੰਨ ਕੇ ਮਹਾਰਾਜ ਜੀ ਸੁੱਟਣ ਲੱਗੇ ਹਨ ਚਲਿਓ ਅਗਰ ਆਇਓ ਸੋ ਜਾਣੇ ਨਾ ਪਾਏ ਜਿਹੜਾ ਇੱਕ ਮੇਰੀ ਸਤਗੁਰਾਂ ਦੇ ਤੀਰ ਦੇ ਸਾਹਮਣੇ ਆ ਗਿਆ ਉਹ ਜਿਉਂਦਾ ਵਾਪਸ ਨਹੀਂ ਮੁੜਿਆ ਕਨੇ ਕਾਏ ਗੇਰੇ ਤਰਸੇ ਮ੍ਰਿਤਿਉ ਹੇਰੇ ਬੜੇ ਕਨੇ ਕਾਬ ਰਖ ਲਖਾ ਕੇ ਜ਼ਖਮ ਖਾ ਕੇ ਮੌਤ ਨੂੰ ਵੇਖਦੇ ਆ ਡਿੱਗ ਪਏ ਲੀਏ ਸੂਰ ਮਾਰੀ ਪਜੇ ਪੀਰੂ ਭਾਰੀ ਜਿਹੜੇ ਕਾਇਰ ਸਨ ਭੱਜ ਗਏ ਸੂਰਮੇ ਮਾਰੇ ਗਏ ਕਹਾ ਲੋ ਉਚਾਰੇ ਪਰੀ ਲੋਹੇ ਮਾਰੇ ਕਹਿੰਦੇ ਕਿੱਥੋਂ ਤੱਕ ਦਸੀਏ ਵੀ ਕਿਹੋ ਜੀ ਲੋਹੇ ਦੀ ਮਾਰ ਮਚੀ ਹੈ ਗੁਰੂ ਜੀਤ ਹੋਈ ਦਲੰਗ ਜਾਨ ਦੋਈ ਦੋ ਪਾਸਿਆਂ ਦੇ ਦਲਾ ਨੇ ਜਾਣ ਲਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਇਸ ਪੰਗਾਣੀ ਦੇ ਜੰਗ ਦੇ ਵਿੱਚ ਜਿੱਤ ਹੋ ਗਈ ਹੈ ਇਹ ਪਤਾ ਲੱਗ ਗਿਆ ਹੁਣ ਬਸ ਕੇਵਲ ਕਾਇਰ ਦੌੜ ਰਹੇ ਨੇ ਜਿਹੜੇ ਸੂਰਮੇ ਨੇ ਅਖੀਰਲੇ ਹੱਲੇ ਦੇ ਵਿੱਚ ਲੜ ਰਹੇ ਨੇ ਪਾਤਸ਼ਾਹ ਜੰਗ ਜਿੱਤ ਕੇ ਜਿਵੇਂ ਵਾਪਸ ਸ੍ਰੀ ਪੌਂਟਾ ਸਾਹਿਬ ਆ ਰਹੇ ਨੇ ਤੇ ਆਉਂਦਿਆਂ ਕਹਿੰਦਿਆਂ ਆ ਰਹੇ ਨੇ ਭਾਈ ਜੀਤ ਮੇਰੀ ਕਿਰਪਾ ਕਾਲ ਕੈਰੀ ਰਣੰਗ ਜੀਤ ਆਏ ਜਯੰਗੀਤ ਗਾਏ ਮਹਾਰਾਜ ਜੀ ਦੇ ਯੋਧੇ ਭਾਈ ਸੰਗੋਸ਼ਾ ਜੀ ਵਰਗੇ ਮਹਾਨ ਸੂਰਮੇ ਗੁਰੂ ਵਾਹਿ 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 ਗੁਰੂ ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੁਰਨ ਹੈ ਸਰਬਮ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਵਟੇਤ ਹੇ ਗੋਬਿੰਦ ਹੇ ਗੁਣ ਨਦ